ਸਾਡੀਆਂ ਕੋਈ ਇੱਕਾ ਦੁੱਕਾ ਛੋਟੀਆਂ ਮੋਟੀਆਂ ਕਮੀਆਂ ਜਾਂ ਸਾਡੀਆਂ ਕੋਈ ਗਲਤੀਆਂ ਹੋ ਗਈਆਂ ਸੀ, ਤੁਸੀਂ ਵੀ ਵਿੱਚ ਦੀ ਰੁੱਸ ਗਏ ਸੀ ਥੋੜਾ ਜਿਹਾ, ਕੀ ਤੁਸੀਂ ਵੀ ਗੁੰਮਰਾਹ ਹੋ ਗਏ ਸੀ ਕਿਸੇ ਪਾਸੇ? ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਥੇ ਦੇ ਇੰਤਜ਼ਾਮ, ਉੱਥੋਂ ਦੀ ਪਰੰਪਰਾਵਾਂ ਮਰਿਆਦਾ ਨੂੰ ਜਿਹੜਾ ਥੋੜਾ ਢਾਹ ਲੱਗ ਰਹੀ ਸੀ। ਤੁਹਾਡੇ ਵੀ ਸਾਥੀ ਪਵਨ ਕੁਮਾਰ ਜੀ ਨੂੰ ਸੀ ਤੁਹਾਡੀ ਪਾਰਟੀ ਦੇ, ਅੱਜ ਬਿਪਨ ਸੂਦ ਕਾਕਾ ਬਾਗੀ ਹੋ ਗਏ ਨੇ, ਕੀ ਕਾਰਨ ਹੈ, ਕਿਉਂ ਨਹੀਂ ਅਕਾਲੀ ਦਲ ਸੰਭਾਲ ਪਾ ਰਿਹਾ ਲੀਡਰਾਂ ਨੂੰ, ਹਰ ਦੂਜੇ ਦਿਨ ਲੀਡਰ ਕੋਈ ਨਾ ਕੋਈ ਰੁੱਸ ਜਾਂਦਾ? ਜੇ ਕੋਈ ਕਰਪਸ਼ਨ ਦੇ ਕੇਸ ਵਿੱਚ ਵੀ ਫਸੇ ਆ, ਪਹਿਲਾਂ ਡਰਾਏ ਗਏ ਆ, ਧਮਕਾਏ ਗਏ, ਤਾਂ ਜ਼ਿਆਦਾ ਉਹੀ ਲੋਕ ਨੇ। ਸਿਕੰਦਰ ਸਿੰਘ ਮਲੂਕਾ ਵੀ ਛੱਡ ਸਕਦੇ ਨੇ, ਬੀਜੇਪੀ ਦੇ ਵਿੱਚ ਜਾ ਸਕਦੇ ਨੇ, ਉਹਨਾਂ ਨੂੰ ਚੋਣ ਮੈਨੀਫੈਸਟੋ ਦਾ ਮੈਂਬਰ ਵੀ ਬਣਾਇਆ ਗਿਆ, ਉਸਦੇ ਵਿੱਚ ਵੀ ਹੈ ਨੇ ਉਹ, ਅਤੇ ਉਹਨਾਂ ਨੂੰ ਇੰਚਾਰਜ ਵੀ ਹਟਾ ਦਿੱਤਾ ਗਿਆ ਜਿਹੜਾ ਉਹਨਾਂ ਕੋਲ ਹਲਕਾ ਸੀ। ਥੋੜ੍ਹੀ ਗੱਲਬਾਤ ਹੋਈ, ਉਹਨਾਂ ਨਾਲ ਚਰਚਾ ਹੈ, ਅੱਜ ਵੀ ਮੀਡੀਆ ਦੇ ਵਿੱਚ ਜਾ ਸਕਦੇ ਨੇ? ਨਾ ਉਹ ਉੱਧਰ ਜੋਗੇ ਆ ਅਤੇ ਨਾ ਉੱਧਰ ਜੋਗੇ। ਪ੍ਰਚਾਰ ਕਿਹਨਾਂ ਦੇ ਲਈ ਕਰਨਗੇ, ਪਾਰਟੀ ਲਈ ਕਰਨਗੇ ਜਾਂ ਫਿਰ ਆਪਣੀ ਨੋਹ ਦੇ ਲਈ? ਬੈਠਾ ਅਜੇ ਘਰ, ਉਹ ਤਾਂ ਕਹਿੰਦੇ ਮੈਂ ਅਜੇ ਘਰ ਬੈਠਾ, ਮੈਂ ਬੜਾ ਪਰੇਸ਼ਾਨ ਹਾਂ। ਸੁਖਦੇਵ ਸਿੰਘ ਢੀਂਡਸਾ ਵੀ ਨਾਰਾਜ਼ ਹੋ ਗਿਆ ਸੀ, ਢੀਂਡਸਾ ਪਰਿਵਾਰ, ਕੀ ਕਿਤੇ ਗਲਤੀ ਹੋਈ ਆ, ਜਲਦਬਾਜ਼ੀ 'ਚ ਫੈਸਲਾ ਲਿਆ ਗਿਆ? ਉਹਨਾਂ ਦਾ ਬਿਆਨ ਸੀ, ਉਹ ਕਹਿ ਰਹੇ ਸੀ ਕਿ ਸਾਨੂੰ ਪੁੱਛਿਆ ਨਹੀਂ ਆਖਰੀ ਦਮ ਤੱਕ ਵੀ। ਉਹ ਮਹਿਸੂਸ ਉਹ ਵੀ ਕਰਦੇ ਸੀਗੇ ਸਾਰੇ ਕਿ ਸਾਡਾ ਜਿਹੜਾ ਇਕੱਲਿਆਂ ਇਕੱਲਿਆਂ ਸ਼੍ਰੋਮਣੀ ਅਕਾਲੀ ਦਲ ਤਕੜਾ ਨਹੀਂ ਹੋਏਗਾ। ਸਿਧਾਂਤਾਂ 'ਤੇ ਕਿਉਂ ਨਹੀਂ ਪਹਿਰਾ ਦੇ ਪਾ ਰਹੇ, ਕੀ ਕਾਰਨ ਬਣ ਰਹੇ? ਸਾਡੇ ਕੋਲ ਗਲਤੀ ਹੋਈ। ਜਲੰਧਰ ਹਲਕੇ ਨੂੰ ਲੈ ਕੇ ਬਾਹਰੋਂ ਲਿਆਉਣਾ ਪਿਆ ਉਮੀਦਵਾਰ, ਕੀ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦੀ ਕਮੀ ਹੈ? ਮੇਰਾ ਖਿਆਲ ਹੈ ਕੋਈ ਦਾਗ ਵੀ ਅਸੀਂ ਤਾਂ ਅਜੇ ਤੱਕ ਨਹੀਂ ਸੁਣਿਆ ਕਿਸੇ ਵਿਅਕਤੀ ਦੇ ਉੱਤੇ, ਬੇਦਾਗ ਜਿੱਦਾਂ ਕਹਿ ਦਿੱਤਾ। ਬੀਬੀ ਜਗੀਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਆ, ਉਹਨਾਂ ਨੂੰ ਚੋਣ ਪ੍ਰਚਾਰ ਦਾ ਇੰਚਾਰਜ ਲਗਾਇਆ ਗਿਆ। ਮਹਿੰਦਰ ਸਿੰਘ ਕੇਪੀ ਚੋਣ ਮੈਦਾਨ ਦੇ ਵਿੱਚ ਨੇ, ਅਕਾਲੀ ਦਲ ਨੇ ਉਹਨਾਂ ਤੇ ਵੱਡਾ ਦਾਅ ਖੇਡਿਆ, ਤਾਂ ਦੂਜੇ ਪਾਸੇ ਕਾਂਗਰਸ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਅਕਾਲੀ ਦਲ ਦੇ ਪੁਰਾਣੇ ਸਾਥੀ ਪਵਨ ਕੁਮਾਰ ਜੀ ਨੂੰ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਤਾਂ ਮੁਕਾਬਲਾ ਬੜਾ ਦਿਲਚਸਪ ਹੈ, ਦਲਿਤ ਸੀਟ ਹੈ, ਤਾਂ ਇਸ ਇਲਾਕੇ ਦੇ ਵਿੱਚ ਡੇਰਿਆਂ ਦਾ ਵੀ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ। ਸਾਡੇ ਨਾਲ ਬੀਬੀ ਜਗੀਰ ਕੌਰ ਨੇ, ਬੀਬੀ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਮੇਰੀ ਫਤਿਹ। ਮਿਹਰਬਾਨੀ ਬੀਬੀ ਜੀ, ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ, ਹੁਣ ਤੁਹਾਨੂੰ ਇੰਚਾਰਜ ਥਾਪਿਆ ਗਿਆ, ਚੋਣ ਪ੍ਰਚਾਰ ਤੁਹਾਡੇ ਕੋਲ ਹੈ, ਕਿਸ ਤਰ੍ਹਾਂ ਦੀ ਰਣਨੀਤੀ ਹੈ? ਦੇਖੋ, ਜ਼ਿੰਮੇਵਾਰੀ ਤਾਂ ਸਾਰੇ ਵੋਟਰਾਂ ਦੇ ਸਿਰ ਹੈ, ਉਹਨਾਂ ਦੇ ਮੋਢਿਆਂ 'ਤੇ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਇੰਨੇ ਕੈਂਡੀਡੇਟ ਵਿੱਚੋਂ ਕਿਹੜਾ ਕੈਂਡੀਡੇਟ ਚੁਣਨਾ। ਸਾਡਾ ਤਾਂ ਡਿਊਟੀ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਮੋਬਿਲਾਈਜੇਸ਼ਨ ਲਿਆਉਣੀ, ਆਪਣੀ ਪੋਲਿਸੀਜ਼, ਆਪਣੇ ਕੀਤੇ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਲੋਕਾਂ ਵਿੱਚ ਪਹੁੰਚਾਉਣਾ, ਅਤੇ ਇਹ ਪਬਲਿਕ ਨੇ ਦੇਖਣਾ ਹੁੰਦਾ ਕਿ ਕਿਹੜਾ ਕੈਂਡੀਡੇਟ ਜਿਹੜਾ ਉਹਨੂੰ ਅਸੀਂ ਚੋਣ ਕਰਨੀ ਹੈ। ਸੋ ਇਹ ਜ਼ਿੰਮੇਵਾਰੀ ਸਭ ਤੋਂ ਵੱਡੀ ਬਣਦੀ ਹੈ ਇੱਕ ਇੱਕ ਵੋਟਰ ਦੀ। ਚੁਣੌਤੀਆਂ ਕਿੰਨੀਆਂ ਕੁ ਮੰਨਦੇ ਹੋ ਅਕਾਲੀ ਦਲ ਦੇ ਲਈ, ਕਿਉਂਕਿ ਨਗਾਰ ਦਿਨ ਪਰ ਨਗਾਰ ਵੱਲ ਜਾਣਾ, ਤੇ ਹੁਣ ਲੋਕ ਸਭਾ ਦੀ ਚੋਣ ਆ, ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਦੇਖਿਆ ਕੀ ਹਾਲ ਸੀ, ਤਾਂ ਉਹ ਚੁਣੌਤੀਆਂ ਕਿੰਨੀਆਂ ਕੁ ਰਹਿਣਗੀਆਂ? ਦੇਖੋ, ਮਨੁੱਖ ਦੀ ਤਾਂ ਰੋਜ਼ ਹਰ ਚੁਣੌਤੀ ਹੁੰਦੀ ਹੈ, ਕੋਈ ਵੀ ਟੈਸਟ ਹੀ ਹੁੰਦਾ ਕਿ ਉਹਨੇ ਕਿਸ ਤਰ੍ਹਾਂ ਪ੍ਰਾਪਤੀ ਕਿੱਦਾਂ ਲੈਣੀ ਹੈ, ਕਾਮਯਾਬ ਕਿੱਦਾਂ ਹੋਣਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੈ, ਜਿਨ੍ਹਾਂ ਹਾਲਾਤਾਂ 'ਚੋਂ ਪੰਜਾਬ ਦੇ ਲੋਕ ਨਿਕਲ ਰਹੇ ਹੈ, ਅਤੇ ਜੋ ਸਰਕਾਰ ਨੇ ਅੱਜ ਲੋਕਾਂ ਦਾ ਹਾਲਾਤ ਬਣਾ ਦਿੱਤੇ ਹੈ, ਜੋ ਲਾਅ ਐਂਡ ਆਰਡਰ ਦਾ ਫੇਲੂਅਰ ਹੈ, ਜੋ ਸਾਰੀ ਡਿਵੈਲਪਮੈਂਟ ਠੱਪ ਹੋਈ ਪਈ ਹੈ, ਜੋ ਅੱਜ ਭਾਰਤੀ ਸਰਕਾਰ ਜਿਹੜੀ ਹੈ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ, ਸਾਡੇ ਕਿਸੇ ਕਿਸਮ ਦੇ ਕੋਈ ਸਾਡੇ ਮਸਲੇ ਜਿਹੜੇ ਹੈ ਪੰਥ ਦੇ ਹੋਣ ਜਾਂ ਪੰਜਾਬ ਦੇ ਹੋਣ, ਕਿਸੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉਹ ਸਾਰੀਆਂ ਗੱਲਾਂ ਨੂੰ ਅੱਜ ਲੋਕਾਂ ਨੇ ਅਹਿਸਾਸ ਕੀਤਾ ਕਿ ਜੇ ਸਾਡੀ ਕੋਈ ਖੇਤਰੀ ਪਾਰਟੀ ਹੋਏਗੀ, ਜੇ ਸਾਡੀ ਆਪਣੀ ਪਾਰਟੀ ਹੋਏਗੀ, ਜਿਹਨੂੰ ਲੋਕ ਆਪਣੀ ਪਾਰਟੀ ਮਾਂ ਪਾਰਟੀ ਕਹਿੰਦੇ ਹੁੰਦੇ, ਕਿਉਂਕਿ ਮਾਂ ਪਾਰਟੀ ਕਿਉਂ ਕਹਿੰਦੇ ਆ ਕਿ ਇਹਨਾਂ ਦੇ ਬਜ਼ੁਰਗਾਂ ਨੇ
ਆਪਣਾ ਖੂਨ ਪਸੀਨਾ ਦੇ ਕੇ ਆਪਣੇ ਸੀਨੇ ਦੀ ਮਿੱਝ ਦੀ ਖੁਰਾਕ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਚ ਲਿਆਂਦਾ ਸੀਗਾ। ਸੋ ਹੁਣ ਉਹ ਮਹਿਸੂਸ ਕਰਦੇ ਹੈ ਕਿ ਪਿੱਛੇ ਜਿਹੜੀਆਂ ਕੋਈ ਗੱਲਾਂ ਹੋਈਆਂ ਉਹ ਸਾਰਾ ਗੁੰਮਰਾਹਕੁਨ ਪ੍ਰਚਾਰ ਜਿਹੜਾ ਹੋਇਆ ਸੀ, ਜਾਂ ਕੋਈ ਸਾਡੀਆਂ ਕੋਈ ਇੱਕਾ ਦੁੱਕਾ ਛੋਟੀਆਂ ਮੋਟੀਆਂ ਕਮੀਆਂ ਜਾਂ ਸਾਡੀ ਕੋਈ ਗਲਤੀਆਂ ਹੋ ਗਈਆਂ ਸੀ, ਉਹਦਾ ਪ੍ਰਚਾਰ ਬੜਾ ਵੱਡਾ ਹੋਇਆ। ਭਾਵੇਂ ਉਹ ਕਾਂਗਰਸ ਸਰਕਾਰ ਬਣੀ, ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹ ਸਾਰੇ ਲੋਕਾਂ ਨੂੰ ਇੱਦਾਂ ਭਰੋਸਾ ਦਿੱਤਾ ਸੀਗਾ ਕਿ ਅਸੀਂ ਛੇਤੀ ਦੋਸ਼ੀ ਫੜ ਫੜ ਕੇ ਅੰਦਰ ਦੇਵਾਂਗੇ। ਲੋਕਾਂ ਨੇ ਸੋਚਿਆ ਕਿ ਸੱਚਮੁੱਚ ਜਿਹੜੀ ਇਹ ਗਲਤ ਕੰਮ ਹੋ ਗਏ ਹੈ ਜਾਂ ਲੋਕਾਂ ਦੇ ਵਿੱਚ ਪੀੜ ਦੁਖਦਾਈ ਗੱਲਾਂ ਹੋਈਆਂ ਨੇ, ਉਹਦੇ ਦੋਸ਼ੀ ਪਕੜੇ ਜਾਣਗੇ। ਉਹ ਸਾਰੀਆਂ ਕੁਝ ਜਿਹੜਾ ਸੀਗਾ ਪ੍ਰਚਾਰ ਹੋਇਆ, ਲੋਕ ਉਸ ਤੋਂ ਅੱਜ ਦੁਖੀ ਹੈ ਕਿ ਕੋਈ ਵੀ ਸਰਕਾਰ ਬਣੀ ਹੈ, ਭਾਵੇਂ ਉਹ ਆਮ ਆਦਮੀ ਪਾਰਟੀ ਸਰਕਾਰ ਹੈ, ਭਾਵੇਂ ਉਹ ਕਾਂਗਰਸੀ ਸਰਕਾਰ ਹੈ, ਅੱਜ ਤੱਕ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲ ਸਕਿਆ। ਬਸ ਇੱਕੋ ਹੀ ਗੱਲ ਹੈ ਕਿ ਅੱਜ ਸਿਆਸੀਕਰਨ ਕੀਤਾ ਜਾ ਰਿਹਾ, ਹਰ ਸਰਕਾਰ ਹਰ ਪਾਰਟੀ ਜਿਹੜੀ ਉਹ ਸਿਆਸੀਕਰਨ ਵਿੱਚ ਪੈ ਗਈ ਹੈ। ਸੋ ਅੱਜ ਲੋਕ ਅਸਲੀਅਤ ਸਮਝ ਗਏ ਹੈ ਕਿ ਜੇ ਸਾਡੀ ਮਾਂ ਪਾਰਟੀ ਹੋਵੇ, ਸਾਡੀ ਖੇਤਰੀ ਪਾਰਟੀ ਹੋਵੇ, ਸਾਡਾ ਸ਼੍ਰੋਮਣੀ ਅਕਾਲੀ ਦਲ ਹੋਵੇ, ਇਹੀ ਸਾਨੂੰ ਸਾਰੇ ਪਾਸੇ ਇਨਸਾਫ਼ ਦੇ ਸਕਦਾ। ਤੁਸੀਂ ਵੀ ਵਿੱਚ ਦੀ ਰੁੱਸ ਗਏ ਸੀ ਥੋੜਾ ਜਿਹਾ, ਕੀ ਤੁਸੀਂ ਵੀ ਗੁੰਮਰਾਹ ਹੋ ਗਏ ਸੀ ਕਿਸੇ ਪਾਸੇ? ਨਹੀਂ, ਮੈਂ ਗੁੰਮਰਾਹ ਨਹੀਂ ਸੀ ਹੋਈ, ਮੇਰੀ ਲੜਾਈ ਜਿਹੜੀ ਸੀ ਉਹ ਸਿਧਾਂਤਕ ਸੀ। ਮੇਰੀ ਇੱਧਰ ਪਾਰਟੀ ਵਾਲੇ ਪਾਸੇ ਕੋਈ ਲੜਾਈ ਨਹੀਂ ਸੀ, ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਥੇ ਦੇ ਇੰਤਜ਼ਾਮ, ਉੱਥੋਂ ਦੀ ਪਰੰਪਰਾਵਾਂ ਮਰਿਆਦਾ ਨੂੰ ਜਿਹੜਾ ਥੋੜਾ ਢਾਹ ਲੱਗ ਰਹੀ ਸੀ, ਜਾਂ ਸਿਧਾਂਤਕ ਤੌਰ ਦੇ ਉੱਤੇ ਮੈਂ ਮਹਿਸੂਸ ਕਰਦੀ ਸੀ ਕਿ ਉੱਥੇ ਅੱਜ ਪਹਿਰੇਦਾਰੀ ਬਹੁਤ ਸਖਤੀ ਨਾਲ ਕਰਨੀ ਚਾਹੀਦੀ ਹੈ, ਉਹਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਦਿੱਤੀਆਂ ਸੀਗੀਆਂ। ਸ਼ਾਇਦ ਉਹਨਾਂ ਨੂੰ ਉਹ ਨਹੀਂ ਚੰਗੀਆਂ ਲੱਗੀਆਂ ਸੀ ਤੇ ਉਹਨਾਂ ਨੇ ਮੇਰੇ ਤੇ ਐਕਸ਼ਨ ਲੈ ਲਿਆ, ਪਰ ਉਹਨਾਂ ਨੇ ਬਾਅਦ 'ਚ ਅਹਿਸਾਸ ਕੀਤਾ ਤੇ ਮੈਨੂੰ ਉਹ ਕਹਿਣ ਲੱਗੇ, ਮੈਂ ਕਿਹਾ ਜੀ ਮੈਂ ਤਾਂ ਕਿਹੜੀ ਬਾਹਰ ਤੇ ਮੈਂ ਗਈ ਨਹੀਂ, ਮੈਂ ਤੇ ਵੈਸੇ ਵੀ ਤੁਰੀ ਜਿੱਥੇ ਵੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੀ ਸੀ। ਸੋ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ, ਅੱਜ ਉਹਨਾਂ ਨੇ ਵੀ ਅਹਿਸਾਸ ਕੀਤਾ, ਫਿਰ ਜ਼ਿੰਮੇਵਾਰੀ ਸੰਭਾਲਣੀ ਪਈ ਹੈ, ਕਿਉਂਕਿ ਮੈਂ ਹੋਰ ਕਿਤੇ ਜਾ ਨਹੀਂ ਸਕਦੀ, ਨਾ ਮੈਂ ਕੋਈ ਪਾਰਟੀ ਜਾ ਸਕਦੀ ਹਾਂ, ਨਾ ਮੈਂ ਪਾਰਟੀ ਛੱਡ ਸਕਦੀ, ਬਸ ਇੰਨਾ ਕੋਈ ਮੇਰੀ ਹੈ। ਕੀ ਲੱਗਦਾ ਜਿਹੜਾ ਦਲ ਬਦਲਾਉਣ ਦਾ ਦੌਰ ਚੱਲਿਆ, ਤੁਹਾਡੇ ਵੀ ਸਾਥੀ ਪਵਨ ਕੁਮਾਰ ਟੀਨੂ ਸੀ ਤੁਹਾਡੀ ਪਾਰਟੀ ਦੇ, ਅੱਜ ਬਿਪਨ ਸੂਦ ਕਾਕਾ ਬਾਗੀ ਹੋ ਗਏ ਨੇ, ਕੀ ਕਾਰਨ ਹੈ, ਕਿਉਂ ਨਹੀਂ ਅਕਾਲੀ ਦਲ ਸੰਭਾਲ ਪਾ ਰਿਹਾ ਲੀਡਰਾਂ ਨੂੰ, ਹਰ ਦੂਜੇ ਦਿਨ ਲੀਡਰ ਕੋਈ ਨਾ ਕੋਈ ਰੁੱਸ ਜਾਂਦਾ? ਦੇਖੋ, ਸਾਡੇ ਅਕਾਲੀ ਦਲ ਦੇ ਤੇ ਘੱਟ ਹੀ ਬਾਹਰ ਗਏ ਹੋਣਗੇ, ਥੋੜੇ ਬਹੁਤੇ ਗਏ ਹੋਣਗੇ, ਪਰ ਮੈਂ ਦੇਖਿਆ ਜੀ ਜ਼ਿਆਦਾ ਦੂਜੀ ਜਿਹੜੀ ਕਾਂਗਰਸ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ, ਉਹ ਤੇ ਬਿਲਕੁਲ ਹੀ ਨਾ ਜੀ, ਸਾਰਾ ਬੀਜੇਪੀ ਨਾਲ ਮੇਰੇ ਖਿਆਲ ਸਾਰੇ ਲੀਡਰ ਬਾਹਰੋਂ ਹੀ ਲੈ ਕੇ ਗਏ, ਜਾਂ ਕੋਈ ਆਮ ਚੋਂ ਲੈ ਗਏ ਹੈ, ਕੋਈ ਕਾਂਗਰਸ ਵਿੱਚੋਂ ਲੈ ਗਏ ਹੈ, ਜੇ ਕੋਈ ਕਰਪਸ਼ਨ ਦੇ ਕੇਸ ਵਿੱਚ ਵੀ ਫਸੇ ਹੈ, ਪਹਿਲਾਂ ਡਰਾਏ ਗਏ ਹੈ, ਧਮਕਾਏ ਗਏ, ਤੇ ਜ਼ਿਆਦਾ ਉਹੀ ਲੋਕ ਨੇ। ਦੇਖੋ, ਇਹ ਕੁਝ ਗੱਲਾਂ ਹੁੰਦੀਆਂ ਪਵਨ ਕੁਮਾਰ ਟੀ ਨੂੰ, ਮੇਰਾ ਖਿਆਲ ਹੈ ਕਿ ਕੋਈ ਰਿਸਪੈਕਟ ਵਜੋਂ ਕੋਈ ਕਮੀ ਨਹੀਂ ਉਹਨੂੰ ਛੱਡੀ, ਸਤਿਕਾਰ ਵਜੋਂ ਵੀ ਤੇ ਜਾਂ ਤਾਕਤ ਦੇਣ ਵਜੋਂ ਵੀ ਕੋਈ ਕਮੀ ਨਹੀਂ ਛੱਡੀ। ਸਾਡਾ ਤੇ ਛੋਟਾ ਭਰਾ ਰਿਹਾ, ਮੇਰੇ ਨਾਲ ਤੇ ਅੱਜ ਵੀ ਉਹਨਾਂ ਦਾ ਸਤਿਕਾਰ ਹੈ, ਮੈਨੂੰ ਕੋਈ ਐਸੀ ਗੱਲ ਨਹੀਂ ਹੈਗੀ, ਮੇਰੇ ਨਾਲ ਨਿੱਜੀ ਤੌਰ ਤੇ ਕੋਈ ਉਹਨਾਂ ਨਾਲ ਰੋਸ ਨਹੀਂ, ਨਾ ਉਹਨਾਂ ਦਾ ਮੇਰੇ ਨਾਲ ਰੋਸ ਹੈ। ਪਰ ਪਾਰਟੀ ਲੈਵਲ ਤੇ ਸਾਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਤੇ ਵਾਰ ਵਾਰ ਅਸੀਂ ਕਹਿ ਰਹੇ ਸੀ ਟਿਕਟ ਲਓ, ਅਸੀਂ ਵੀ ਸਿਫਾਰਿਸ਼ਾਂ ਕਰਦੇ ਸੀ, ਤੇ ਬਾਦਲ ਸਾਹਿਬ ਨੇ ਕਿਹਾ ਕਿ ਟੀਨੂ ਤੈਨੂੰ ਮੈਂ ਟਿਕਟ ਦਾ ਐਲਾਨ ਕਰਨਾ ਹੈ, ਦੱਸੋ ਵਿਸਾਖੀ ਵਾਲੇ ਦਿਨ ਪਹਿਲੀ ਲਿਸਟ ਕਰਦੇ ਆ। ਉਹ ਕਹਿੰਦੇ ਰੁਕ ਜਾਓ, ਮੈਂ ਜੇ ਦੇਖਣਾ ਦੂਜਾ ਪਾਸੇ ਕੌਣ ਖਲੋਂਦਾ। ਬਸ ਸਾਨੂੰ ਉਸ ਵੇਲੇ ਫਿਰ ਸੁੱਝ ਗਈ ਸੀਗੀ, ਸਾਰੇ ਰੌਲਾ ਪੈ ਗਿਆ ਸੀਗਾ ਕਿ ਇਹ ਸ਼ਾਇਦ ਦੂਜੇ ਪਾਸੇ ਦੀ ਗੱਲਬਾਤ ਹੋਈ ਹੈ, ਤਾਂ ਉਹ ਫਿਰ ਉਹਨਾਂ ਨੇ ਉਧਰੋਂ ਟਿਕਟ ਲੈ ਲਈ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹਨੇ ਮਹਿਸੂਸ ਕੀਤਾ ਕਿ ਅੱਗੇ ਜਦੋਂ ਬਾਈ ਇਲੈਕਸ਼ਨ ਹੋਈ ਸੀ ਤੇ ਅਕਾਲੀ ਦਲ ਜਿਹੜਾ ਸੀ ਉਹ ਪਿੱਛੇ ਰਹਿ ਗਿਆ, ਤੇ ਆਮ ਆਦਮੀ ਪਾਰਟੀ ਜਿੱਤ ਗਈ ਸੀ, ਤੇ ਜਿਨ੍ਹਾਂ ਹਾਲਾਤਾਂ ਨਾਲ ਜਿੱਤੀ ਸੀ, ਜਿਹੜੀ ਪਾਵਰ ਪੂਰੀ ਸਰਕਾਰ ਦੀ ਲਾ ਕੇ ਉਹਨਾਂ ਨੇ ਜਿੱਤੀ ਸੀ, ਤੇ ਉਹਦੇ ਦਿਮਾਗ 'ਚ ਵੀ ਸ਼ਾਇਦ ਉਹੀ ਗੱਲ ਹੋਵੇ ਕਿ ਸਰਕਾਰ ਜਿਹੜੀ ਹੈ ਉਹ ਆਪਣੀ ਤਾਕਤ ਲਾਏਗੀ ਤੇ ਮੈਨੂੰ ਕਾਮਯਾਬੀ ਹੋ ਜਾਏਗੀ। ਸੋ ਇਹ ਗੱਲਾਂ ਲੱਗਦੀਆਂ, ਤੇ ਜਾਂ ਸਰਕਾਰ ਦੀ 3 ਸਾਲ ਰਹਿੰਦੇ ਹੈ ਤੇ ਦਿਮਾਗ 'ਚ ਇਹ ਵੀ ਹੁੰਦਾ ਕਿ ਜੇ ਮੈਂ ਹਾਰ ਵੀ ਗਿਆ
ਤੇ ਕੋਈ ਗੱਲ ਨਹੀਂ, ਸਰਕਾਰ ਦੇ ਵਿੱਚ ਆਪਾਂ ਕੰਮ ਕਰਾਂਗੇ। ਹਰ ਬੰਦੇ ਨੂੰ ਜੀ ਤਾਕਤ ਨਾਲ ਜੁੜਿਆ ਹੁੰਦਾ, ਤੇ ਕੁਝ ਲੋਕ ਹੁੰਦੇ ਆ ਜਿਹੜੇ ਤਾਕਤ ਨਾਲ ਨਹੀਂ ਜੁੜਦੇ, ਉਹ ਕੁਰਬਾਨੀਆਂ ਨਾਲ ਵੀ ਜੁੜਦੇ ਆ ਤੇ ਉਹ ਪਾਰਟੀ ਦੇ ਆਪਣੇ ਇਤਿਹਾਸ ਨਾਲ ਵੀ ਜੁੜਦੇ। ਮਲੂਕਾ ਪਰਿਵਾਰ ਅਲਵਿਦਾ ਕਹਿ ਗਿਆ, ਉਹਨਾਂ ਦੇ ਪੁੱਤ ਅਲਵਿਦਾ ਕਹਿ ਗਏ ਅਕਾਲੀ ਦਲ ਨੂੰ, ਉਹਨਾਂ ਦੀ ਨੂੰਹ ਸੀ, ਅਫਸਰ ਸੀ ਚੰਗੇ ਪਹਿਲੇ, ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ, ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਫੈਸਲੇ? ਮੈਂ ਸਭ ਦੀ ਫੈਸਲਾ ਤੇ ਗਲਤ ਹੈ, ਕਿਉਂਕਿ ਇਹ ਮਲੂਕਾ ਸਾਹਿਬ ਵੀ ਮਹਿਸੂਸ ਕਰਦੇ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਬੜੀਆਂ ਕੁਰਬਾਨੀਆਂ ਕੀਤੀਆਂ, ਔਰ ਮੇਰਾ ਖਿਆਲ ਹੈ ਕਿ ਬਾਦਲ ਸਾਹਿਬ ਦੇ ਨਾਲ ਇੱਕ ਦਿਨ ਗੱਲ ਕਰਦੇ ਸੀ ਕਿ ਮੈਂ 10ਵੀਂ 'ਚ ਪੜ੍ਹਦਾ ਸੀ ਜਦੋਂ ਮੈਂ ਮੋਰਚੇ ਵਿੱਚ ਪਹਿਲਾ ਜਥਾ ਲੈ ਕੇ ਗਿਆ ਸੀ। ਇਹਦਾ ਮਤਲਬ ਕਿ ਜਿਸ ਪਾਰਟੀ ਦੇ ਵਿੱਚ ਉਹਨਾਂ ਨੇ ਮੋਰਚੇ 'ਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੋਣ, ਜੇਲ੍ਹਾਂ 'ਚ ਗਏ ਹੋਣ, ਜਦੋਂ ਉਹਨੂੰ ਛੱਡ ਕੇ ਬਾਹਰ ਜਾਵੇ, ਮੈਂ ਮਹਿਸੂਸ ਕਰਦੀ ਹਾਂ ਕਿ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੋਏਗੀ। ਇਹ ਤਾਂ ਸਾਰਾ ਕੁਝ ਹੈ, ਪਰ ਉਹ ਜਿਹੜਾ ਕਿਹਾ ਸੀਗਾ ਕਿ ਮੇਰੇ ਧੀ ਪੁੱਤਰ ਜਾਂ ਨੌ ਪੁੱਤਰ ਮੰਨੇ ਨਹੀਂ, ਮੈਂ ਰੋਕਿਆ ਉਹਨਾਂ ਨੂੰ। ਹੁਣ ਕੀ ਹੈ ਕੀ ਨਹੀਂ, ਮੈਂ ਸਭੀ ਦੀ ਉਹਦੇ ਵਾਸਤੇ ਇਹ ਵੀ ਨਮੋਸ਼ੀ ਹੈ ਕਿ ਜਦੋਂ ਇਹ ਗੱਲ ਕਹਿੰਦੇ ਹੋਣਗੇ ਤੇ ਉਹ ਮਹਿਸੂਸ ਕਰਦੇ ਹੋਣਗੇ ਕਿ ਲੋਕ ਕੀ ਕਹਿਣਗੇ ਕਿ ਮੈਂ ਆਪਣੇ ਪੁੱਤਰ ਨੂੰ ਜ਼ਿਲ੍ਹਾ ਪੁਲਿਸ ਦਾ ਚੇਅਰਮੈਨ ਵੀ ਬਣਾਇਆ ਸੀ, ਮੇਰੀ ਬੇਟੀ ਜਿਹੜੀ ਹੈ ਉਹ ਇੱਕ ਵੀਡੀਓ ਤੋਂ IAS ਅਫਸਰ ਬਣੀ ਔਰ ਨੋਮੀਨੇਸ਼ਨ ਰਾਹੀਂ ਬਣੀ, ਕੋਈ ਕੰਪੀਟੀਸ਼ਨ ਵਿੱਚ ਤੇ ਹੈ ਨਹੀਂ ਸੀ, ਤੇ ਉਹ ਵੀ ਬੰਦੇ ਦੇ ਮਨ ਵਿੱਚ ਹੁੰਦਾ ਹੈ। ਤੇ ਮੈਂ ਸਮਝਦੀ ਹਾਂ ਕਿ ਦਿਲ ਤੇ ਉਹਨਾਂ ਦਾ ਵੀ ਨਹੀਂ ਲੱਗੇਗਾ, ਪਾਰਟੀ ਤੋਂ ਬਾਹਰ ਜਾ ਕੇ ਬੰਦੇ ਦਿਲ ਨਹੀਂ ਲੱਗਦਾ, ਪਰ ਚਲੋ ਉਹਨਾਂ ਦੀ ਕੀ ਮਜਬੂਰੀ ਸੀ, ਮੈਂ ਬਹੁਤਾ ਨਿੱਜੀ ਤੌਰ ਤੇ ਕਿਸੇ ਦੇ ਖਿਲਾਫ ਨਹੀਂ ਕਹਿਣਾ ਚਾਹੁੰਦੀ, ਪਰ ਅੱਜ ਦੁੱਖ ਹੈ, ਦੁੱਖ ਲੱਗਦਾ, ਕਿਉਂਕਿ ਪਾਰਟੀ ਜਿਹੜੀ ਹੈ ਅੱਜ ਬਹੁਤ ਸੰਘਰਸ਼ ਕਰਨ ਦੀ ਲੋੜ ਹੈ। ਪਾਰਟੀ ਤੇ ਮੈਂ ਪਾਰਟੀ ਨੂੰ ਲੋਕੀ ਛੱਡਣਾ ਨਹੀਂ ਚਾਹੁੰਦੇ, ਨਾ ਪਾਰਟੀ ਤੋਂ ਬਾਹਰ ਜਾਣਾ ਚਾਹੁੰਦੇ ਨਾ ਛੱਡਣਾ ਚਾਹੁੰਦੇ, ਪਰ ਨਿੱਜੀ ਤੌਰ ਤੇ ਉਹ ਮਹਿਸੂਸ ਕਰਦੇ ਹੈ ਕਿ ਹਾਲਾਤ ਜਿਹੜੇ ਸੀ ਉਹ ਥੋੜੇ ਜਿਹੇ ਸਾਡੇ ਨਿਗਾਰ ਵੱਲ ਨੂੰ ਚਲੇ ਗਏ। ਉਹ ਨਿਗਾਰ ਵੀ ਨੂੰ ਜਾਣ ਦੇ ਵਿੱਚ ਸਾਡਾ ਫਰਜ਼ ਤੇ ਇਹ ਬਣਦਾ ਕਿ ਆਪਾਂ ਇਹਨੂੰ ਠੀਕ ਕਰੀਏ, ਆਪਣੀ ਤਾਕਤ ਲਾਈਏ, ਸਾਰਿਆਂ ਦੇ ਗੁੱਸੇ ਗਿਲੇ ਦੂਰ ਕਰੀਏ, ਪਰ ਜਦੋਂ ਉਹ ਗੱਲਾਂ ਵਿੱਚ ਕਮਜ਼ੋਰੀ ਆ ਜਾਂਦੀ ਹੈ, ਗੁੱਸੇ ਗਿਲੇ ਦੂਰ ਕਰਨ ਦੀ ਬਜਾਏ ਸਿਰਫ ਗੁੱਸਾ ਗਿਲਾ ਵਧਾ ਦਿੰਦੇ ਆ, ਉਸ ਵੇਲੇ ਫਿਰ ਸਾਰੇ ਲੀਡਰ ਮਹਿਸੂਸ ਕਰਦੇ ਆ ਕਿ ਪਾਰਟੀ ਤਕੜੀ ਕਿੱਦਾਂ ਹੋਊਗੀ। ਸੋ ਮਨ ਕਰਦਾ ਸਾਰਿਆਂ ਦਾ ਕਿ ਪਾਰਟੀ ਤਕੜੀ ਹੋਵੇ, ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹੇ, ਔਰ ਪੰਜਾਬੀ ਇੱਥੇ ਹੀ ਨਹੀਂ ਵਿਦੇਸ਼ ਵਿੱਚ ਵਸਦੇ ਵੀ ਜਿਹੜੇ ਮਹਿਸੂਸ ਕਰਦੇ ਆ ਵੀ ਦੇਖਿਓ ਕਿਤੇ ਕਿਸੇ ਦੀ ਗਲਤੀ ਕਰਕੇ ਜਾਂ ਕਿਸੇ ਵਿਅਕਤੀ ਦੀ ਗਲਤੀ ਕਰਕੇ ਜਾਂ ਕਿਸੇ ਲੀਡਰ ਦੀ ਗਲਤੀ ਕਰਕੇ ਪਾਰਟੀ ਨਾ ਮਾਰ ਲਿਓ, ਫਿਰ ਕਿਤੇ ਇਹ ਗਲਤੀਆਂ ਦਾ ਲੇਖਾ ਜੋਖਾ ਜਿਹੜਾ ਬਾਅਦ ਚ ਕਰ ਲਿਆ ਜਾਊਗਾ। ਅੱਜ ਚਰਚਾ ਇਹ ਵੀ ਹੈ ਕਿ ਸਿਕੰਦਰ ਸਿੰਘ ਮਲੂਕਾ ਵੀ ਛੱਡ ਸਕਦੇ ਨੇ, ਬੀਜੇਪੀ ਦੇ ਵਿੱਚ ਜਾ ਸਕਦੇ ਨੇ, ਉਹਨਾਂ ਨੂੰ ਚੋਣ ਮੈਨੀਫੈਸਟੋ ਦਾ ਮੈਂਬਰ ਵੀ ਬਣਾਇਆ ਗਿਆ, ਉਸ ਦੇ ਵਿੱਚ ਵੀ ਹੈ ਨੇ ਉਹ, ਤੇ ਉਹਨਾਂ ਨੂੰ ਇੰਚਾਰਜ ਵੀ ਹਟਾ ਦਿੱਤਾ ਗਿਆ ਜਿਹੜਾ ਉਹਨਾਂ ਕੋਲ ਹਲਕਾ ਸੀ। ਤੁਹਾਡੀ ਗੱਲਬਾਤ ਹੋਈ, ਉਹਨਾਂ ਨਾਲ ਚਰਚਾ ਹੈ, ਅੱਜ ਵੀ ਮੀਡੀਆ ਦੇ ਵਿੱਚ ਜਾ ਸਕਦੇ ਨੇ ਬੀਜੇਪੀ ਦੇ ਵਿੱਚ? ਨਹੀਂ, ਮੇਰੇ ਨਾਲ ਇਸ ਗੱਲ ਤੇ ਨਹੀਂ ਹੋਈ ਵੀ ਉਹ ਛੱਡਣਗੇ, ਉਹ ਤੇ ਕਹਿੰਦੇ ਮੈਂ ਪਾਰਟੀ ਨਹੀਂ ਛੱਡਣੀ, ਪਰ ਜਿਸ ਤਰ੍ਹਾਂ ਦੇ ਦੇਖੋ ਇਸ ਵੇਲੇ ਮਜਬੂਰੀ ਕੈਸੇ ਉਹਦੇ ਦਿਮਾਗ ਦੇ ਉੱਤੇ, ਨਾ ਉਹ ਉਧਰ ਜੋਗੇ ਆ ਤੇ ਨਾ ਉਹ ਉਧਰ ਜੋਗੇ, ਮੈਂ ਉਹਨਾਂ ਦੀ ਉਸ ਹਾਲਾਤ ਨੂੰ ਮੈਂ ਵਰਣਨ ਨਹੀਂ ਕਰ ਸਕਦੀ। ਤੁਸੀਂ ਗੱਲਬਾਤ ਕੀਤੀ ਸੀ, ਪ੍ਰਚਾਰ ਕਿਹਨਾਂ ਦੇ ਲਈ ਕਰਨਗੇ, ਪਾਰਟੀ ਲਈ ਕਰਨਗੇ ਜਾਂ ਫਿਰ ਆਪਣੀ ਨੋਹ ਦੇ ਲਈ? ਬੈਠਾ ਅਜੇ ਘਰ, ਉਹ ਤੇ ਕਹਿੰਦੇ ਮੈਂ ਅਜੇ ਘਰ ਬੈਠਾ, ਮੈਂ ਬੜਾ ਪਰੇਸ਼ਾਨ ਹਾਂ, ਚਿੰਤਾ ਚ ਨਹੀਂ? ਕੁਦਰਤੀ ਚਿੰਤਾ ਤਾਂ ਹੋਏਗੀ, ਹੁਣ ਨੋਹ ਦੀ ਕਾਮਯਾਬੀ ਵਾਸਤੇ ਕੰਮ ਕਰੇ ਕਿ ਪਾਰਟੀ ਵਾਸਤੇ ਕੰਮ ਕਰੇ? ਸੁਖਦੇਵ ਸਿੰਘ ਢੀਂਡਸਾ ਵੀ ਨਾਰਾਜ਼ ਹੋ ਗਿਆ ਸੀ, ਢੀਂਡਸਾ ਪਰਿਵਾਰ, ਕੀ ਕਿਤੇ ਗਲਤੀ ਹੋਈ ਆ, ਜਲਦਬਾਜ਼ੀ ਚ ਫੈਸਲਾ ਲਿਆ ਗਿਆ? ਉਹਨਾਂ ਦਾ ਬਿਆਨ ਸੀ, ਉਹ ਕਹਿ ਰਹੇ ਸੀ ਕਿ ਸਾਨੂੰ ਪੁੱਛਿਆ ਨਹੀਂ, ਆਖਰੀ ਦਮ ਤੱਕ ਵੀ BSC ਨੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਨਹੀਂ, ਜਲਦਬਾਜ਼ੀ ਚ ਨਹੀਂ ਫੈਸਲਾ ਉਹਨਾਂ ਦਾ, ਕਾਫੀ ਚਿਰਾਂ ਤੋਂ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਖਾਸ ਕਰਕੇ, ਉਹ ਤੇ ਮੇਰੇ ਖਿਆਲ ਕਾਫੀ ਚਿਰ ਪਹਿਲਾਂ ਤੋਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਏ ਸੀਗੇ, ਜੁੜੇ ਮੀਨਸ ਕਿ ਉਹਨਾਂ ਦਾ ਮਨ ਜਿਹੜਾ ਸੀ ਉਹ ਕਰਦਾ ਸੀਗਾ ਕਿ ਅਸੀਂ ਇਕੱਠੇ ਹੋ ਜਾਈਏ, ਕਿਉਂਕਿ ਉਹ ਮਹਿਸੂਸ ਉਹ ਵੀ ਕਰਦੇ ਸੀਗੇ ਸਾਰੇ ਕਿ ਸਾਡਾ ਜਿਹੜਾ ਇਕੱਲਿਆਂ ਸ਼੍ਰੋਮਣੀ ਅਕਾਲੀ ਦਲ ਤਕੜਾ ਨਹੀਂ ਹੋਏਗਾ। ਫਿਰ ਇਹਨਾਂ ਨੇ ਵੀ ਪਹੁੰਚ ਕੀਤੀ, ਉਹਨਾਂ ਨੇ ਵੀ ਮਨ ਬਣਾਇਆ, ਤੇ ਉਹ
ਜਿਸ ਕਾਰਨ ਸ਼ਾਇਦ ਉਹਨਾਂ ਦੇ ਮਨ ਵਿੱਚ ਸੀ ਵੀ ਇਕੱਠੇ ਹੋ ਕੇ ਅਸੀਂ ਚੋਣ ਵੀ ਲੜਾਂਗੇ ਅਤੇ ਚਲੋ ਕਾਮਯਾਬੀ ਹੋਏਗੀ। ਮੈਨੂੰ ਲੱਗਦਾ ਕਿ ਉਹ ਜੋ ਟਿਕਟ ਨਹੀਂ ਮਿਲੀ ਅਤੇ ਉਹ ਮਹਿਸੂਸ ਕਰ ਗਈ। ਮਿਲਣੀ ਚਾਹੀਦੀ ਸੀ ਤੁਹਾਨੂੰ ਕੀ ਲੱਗਦਾ? ਬਿਲਕੁਲ ਬਹੁਤ ਵੱਡਾ ਉਹਨਾਂ ਦਾ ਪ੍ਰਭਾਵ ਹੈ। ਨਹੀਂ, ਮੈਂ ਸਭੀ ਦੀ ਮਿਲਣੀ ਚਾਹੀਦੀ ਸੀ, ਉਹਨਾਂ ਦੀ ਇੱਛਾ ਸੀ ਜੇ, ਅਤੇ ਪ੍ਰਧਾਨ ਸਾਹਿਬ ਨਾਲ ਉਹਨਾਂ ਨੂੰ ਡਿਸਕਸ ਕਰ ਲੈਣੀ ਚਾਹੀਦੀ ਸੀ। ਔਰ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਧਾਨ ਸਾਹਿਬ ਉਹਨਾਂ ਨੇ ਜੋ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਨੂੰ ਕਿਹਾ ਸੀ ਕਿ ਬਰਨਾਲਾ ਅਤੇ ਸੰਗਰੂਰ ਦਾ ਕੋਈ ਵੀ ਫੈਸਲਾ ਹੋਏਗਾ ਪੋਲੀਟੀਕਲ, ਇਹ ਤੁਹਾਡੀ ਸਹਿਮਤੀ ਨਾਲ ਹੋਏਗਾ। ਫਿਰ ਜਦੋਂ ਪੁੱਛੀ ਨਹੀਂ ਹੈਗਾ, ਮੈਂ ਤਾਂ ਕਹਿ ਰਹੀ ਹਾਂ ਕਿ ਜੇ ਇਹ ਗੱਲ ਹੋਈ ਸੀ ਤਾਂ ਵੈਸੇ ਵੀ ਵੱਡੇ ਸੀ, ਸਰਪ੍ਰਸਤ ਸੀ, ਅਤੇ ਜੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਪਰਮਿੰਦਰ ਢੀਂਡਸੇ ਨੇ ਚੋਣ ਲੜਨੀ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਸੀਗੀ, ਪਰ ਹੁਣ ਤਾਂ ਹੋ ਗਿਆ। ਪਰ ਉਹ ਨਾਰਾਜ਼ ਹੋਏ ਪਏ ਨੇ, ਨੁਕਸਾਨ ਵੀ ਹੋ ਸਕਦਾ ਪਾਰਟੀ ਨੂੰ ਫਿਰ? ਦੇਖੋ, ਇਹ ਤਾਂ ਉਹ ਕਹਿੰਦੇ ਆ ਕਿ ਅਸੀਂ ਅਜੇ ਪ੍ਰਚਾਰ ਨਹੀਂ ਕਰਨਾ, ਘਰ ਬੈਠੇ ਹਾਂ, ਪਰ ਅਸੀਂ ਨੁਕਸਾਨ ਵੀ ਨਹੀਂ ਕਰਨਾ। ਪਰ ਉਹ ਚੀਜ਼ ਨਾਲ ਦੇਖੋ, ਹੁਣ ਇੱਕ ਲੀਡਰ ਆ, ਮੰਨ ਲਓ ਕੋਈ ਵੀ ਟੌਪ ਦਾ ਲੀਡਰ ਆ, ਉਹ ਘਰੇ ਬੈਠ ਜਾਂਦਾ, ਵਰਕਰ ਵੀ ਦੋ ਚਿੱਤੀ ਹੋ ਜਾਂਦਾ। ਨੁਕਸਾਨ ਤੇ ਹੁੰਦਾ ਹੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਜੇ ਉਹ ਹੁਣ ਤੇ ਅੱਗੇ ਹੁੰਦਾ ਸੀ ਵੀ ਹੁੰਦਾ ਕਿ ਵਰਕਰਾਂ ਨੇ ਤੇ ਲੀਡਰ ਨੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਪ੍ਰਚਾਰ ਕਰਕੇ ਜੋੜਨਾ ਹੁੰਦਾ। ਜਦੋਂ ਉਹ ਨਹੀਂ ਜਾ ਕੇ ਲੋਕਾਂ ਵਿੱਚ ਪ੍ਰੇਰਨਾ ਦੇਣਗੇ, ਪ੍ਰਚਾਰ ਨਹੀਂ ਕਰਨਗੇ, ਉਹਦੀ ਅਗਵਾਈ ਨਹੀਂ ਕਰਨਗੇ, ਤੇ ਫਿਰ ਉਹ ਵਰਕਰ ਵੋਟ ਤੇ ਪਾ ਦੇਗਾ ਆਪਣੀ ਆਪਣੀ, ਲੇਕਿਨ ਫਿਰ ਵੋਟ ਖਿੱਚੇਗੀ ਕਿੱਦਾਂ? ਨੁਕਸਾਨ ਤੇ ਹੋਏਗਾ। ਬੀਜੇਪੀ 400 ਪਾਰ ਦਾ ਨਾਰਾ ਦੇ ਰਹੀ ਹੈ, ਕੀ ਲੱਗਦਾ ਤੁਸੀਂ ਵੀ ਭਾਈ ਵੱਲ ਰਹੇ ਹੋ, ਬੀਜੇਪੀ ਦਾ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ ਨੇ ਪੰਜਾਬ 'ਚ? ਦੇਖੋ, ਇਹ ਤੇ ਉਹੀ ਦੱਸ ਸਕਦੇ, ਅਸੀਂ ਤੇ ਆਪਣੀ ਪੰਜਾਬ ਦੀ ਗੱਲ ਕਰ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਇਸ ਵੇਲੇ ਮਾਹੌਲ ਕਿੱਦਾਂ ਜਾ ਰਿਹਾ। ਪਰ ਕਈ ਲੋਕਾਂ ਦੀ ਇਹ ਵੀ ਰਾਇ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟ ਗਿਆ, ਤੁਸੀਂ ਵੀ ਇਸ ਕਰਕੇ ਪਿੱਛੇ ਜੇ ਰੁੱਸੇ ਗਏ ਸੀ ਨਾ, ਸਿਧਾਂਤਾਂ ਦੇ ਕਿਉਂ ਨਹੀਂ ਪਹਿਰਾ ਦੇ ਪਾ ਰਹੇ, ਕੀ ਕਾਰਨ ਬਣ ਰਹੇ ਨੇ? ਭਟਕੇ ਸੀ ਤੇ ਆਪਾਂ ਇੱਥੇ ਪਹੁੰਚ ਗਏ। ਭਟਕ ਇੱਦਾਂ ਗਏ ਕਿ ਭਾਜਪਾ ਤੇ ਅਕਾਲੀ ਰਲ ਕੇ 10 ਸਾਲ ਲਗਾਤਾਰ ਸਰਕਾਰ ਚੱਲੀ, ਔਰ ਉਸ ਸਰਕਾਰ ਦੇ ਵਿੱਚ ਦੇਖੋ ਕੰਮ ਵੀ ਬੜੇ ਕੀਤੇ। ਨੋ ਡਾਊਟ ਕਿ ਡਿਵੈਲਪਮੈਂਟ ਤੇ ਕੋਈ ਕਿੰਤੂ ਹੀ ਨਹੀਂ ਕਰ ਸਕਦਾ, ਮੇਰਾ ਖਿਆਲ ਹੈ। ਅੱਜ ਵੀ ਲੋਕੀ ਕਹਿੰਦੇ ਪਿੰਡਾਂ 'ਚ, ਤਾਂ ਹੀ ਯਾਦ ਕਰਕੇ ਮੁੜ ਕੇ ਵਾਪਸ ਆਉਣ ਲੱਗੇ ਕਿ ਜੇ ਡਿਵੈਲਪਮੈਂਟ ਹੋਈ ਸੀ ਤੇ ਬਾਲ ਸਾਹਿਬ ਵੇਲੇ ਹੋਈ ਸੀ, ਜੇ ਸਕੀਮਾਂ ਦਿੱਤੀਆਂ ਸੀ ਘਰ ਘਰ ਤੇ ਬਾਲ ਸਾਹਿਬ ਵੇਲੇ ਦਿੱਤੀਆਂ ਸੀ, ਜੇ ਕੋਈ ਸਾਰੀ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਈ ਸੀਗੀ, ਸਾਡੀਆਂ 4 ਲੇਨ ਸੜਕਾਂ, 6 ਲੇਨ ਸੜਕਾਂ, ਸਾਰੇ ਸ਼ਹਿਰ ਦੀ ਕਨੈਕਟੀਵਿਟੀ, ਜਾਂ ਵਾਟਰ ਸਪਲਾਈ, ਸੀਵਰੇਜ, ਐਜੂਕੇਸ਼ਨ ਦੇ ਵਾਸਤੇ, ਹੈਲਥ ਵਾਸਤੇ, ਵੱਡੇ ਵੱਡੇ ਏਮਸ ਵਰਗੇ ਹਸਪਤਾਲਾਂ ਦੇ, ਤੇ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਯਾਦ ਹੈ, ਲੋਕੀ ਅੱਜ ਫਿਰ ਦੁਹਰਾਉਣ ਲੱਗ ਪਏ। ਉਦੋਂ ਮਹਿਸੂਸ ਕਰਦੇ ਸੀਗੇ ਵੀ ਡਿਵੈਲਪਮੈਂਟ ਤੇ ਹੋਈ ਹੈ, ਪਰ 10 ਸਾਲ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਿ ਬਦਲਾਅ ਲਿਆਓ, ਅਸੀਂ ਪਤਾ ਨਹੀਂ ਕਿਹੜਾ ਤੁਹਾਨੂੰ ਅਸਮਾਨ ਸਿਰ ਤੇ ਲਿਆ ਕੇ ਥੱਲੇ ਰੱਖ ਦੇਣਾ, ਉਹ ਜਦੋਂ ਇੱਕ ਵੀ ਚੀਜ਼ ਨਹੀਂ ਪੂਰੀ ਹੋਈ। ਦੇਖੋ, ਉਹ ਵਿਅਕਤੀ ਜਿਹੜੇ ਨਾ ਜੀ, ਅੱਜ 500 ਨੂੰ ਮੁਲਾਜ਼ਮਤ ਦੇ ਦਿੱਤੀ, ਅੱਜ 200 ਨੂੰ ਦੇ ਦਿੱਤੀ, ਹੁਣ ਜੀ 38,000 ਹੋ ਗਿਆ, ਹੁਣ 40,000 ਹੋ ਗਿਆ, ਹੁਣ 2 ਸਾਲਾਂ ਵਿੱਚ ਇੰਨਾ ਹੋ ਗਿਆ, ਅਤੇ ਇਹ ਤਾਂ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ, ਕਿੱਥੇ ਜਾਏਗੀ? ਝੂਠਾ ਪ੍ਰਚਾਰ ਸੀ ਨਾ ਜੀ, ਗੁੰਮਰਾਹ ਹੋ ਗਏ ਨਾ ਜੀ। ਹੁਣ ਔਰਤਾਂ ਵਿਚਾਰੀਆਂ ਨੇ ਮੰਗਿਆ ਨਹੀਂ ਸੀ, ਕਿਉਂਕਿ ਔਰਤ ਮਹਿਸੂਸ ਕਰਦੀ ਹੈ ਕਿ ਮੇਰੀ ਵੋਟ ਦਾ ਕੀਮਤ 1,000 ਰੁਪਈਆ ਨਹੀਂ ਹੈ, ਮੇਰੀ ਵੋਟ ਨੇ ਸਰਕਾਰ ਬਣਾਉਣੀ ਹੈ, ਮੇਰੀ ਵੋਟ ਨੇ ਤਾਕਤ ਦੇਣੀ ਹੈ। ਪਰ ਜਦੋਂ ਕੁਝ ਲੋਕ ਐਸੇ ਹੁੰਦੇ ਗੁੰਮਰਾਹ ਕਰਨ, ਪ੍ਰਚਾਰ 'ਚ ਵੀ ਆ ਜਾਂਦੇ ਆ ਕਿ ਜਿਹੜੇ ਕੋਈ ਮਹਿਸੂਸ ਕਰਦੇ ਆ ਕਿ ਚਲੋ ਜੇ ਸਾਨੂੰ ਆ ਵੀ ਜਾਏਗੀ ਆਮਦਨ ਛੋਟੀ ਮੋਟੀ ਤੇ ਆਪਾਂ ਸਾਡਾ ਘਰ ਦਾ ਗੁਜ਼ਾਰਾ ਹੋ ਜਾਏਗਾ। ਹੁਣ ਉਹ ਪ੍ਰਚਾਰ ਵਿੱਚ ਆ ਕੇ ਵੀ ਲੋਕਾਂ ਨੇ ਸੋਚਿਆ ਵੀ ਪਤਾ ਨਹੀਂ ਸੱਚੀ ਕੀ ਕੁਝ ਮਿਲ ਜਾਣਾ। ਹੁਣ 25,000 ਰੁਪਈਆ ਮਿਲੇਗਾ ਜੀ, ਸਗਨ ਸਕੀਮ 55,000 ਮਿਲੇਗੀ ਜੀ, 25,000 ਪੈਨਸ਼ਨ ਹੋ ਜਾਊਗੀ ਜੀ, ਮਤਲਬ ਇੱਦਾਂ ਦੇ ਗੁੰਮਰਾਹ ਕਰਨ ਪ੍ਰਚਾਰ ਕੀਤੇ। ਹੁਣ ਤੁਸੀਂ ਦੇਖੋ, ਹਸਪਤਾਲ ਹੈ, ਮੇਰਾ ਖਿਆਲ ਹੈ ਕਿ ਸਾਡੀ ਸਰਕਾਰ ਵੇਲੇ ਸਬ ਡਿਵੀਜ਼ਨਲ ਹਸਪਤਾਲ ਕਿੱਡੇ ਕਿੱਡੇ ਵੱਡੇ ਬਣੇ, 9-9 ਕਰੋੜ ਰੁਪਈਆ ਲਗ ਲਗ ਕੇ ਬਣੇ, ਸਿਵਲ ਹਸਪਤਾਲ ਬਣੇ। ਉਹ ਸਿਵਲ ਹਸਪਤਾਲਾਂ ਵਿੱਚ ਡਾਕਟਰ ਨਹੀਂ, ਸਬ ਡਿਵੀਜ਼ਨਲ ਹਸਪਤਾਲ ਵਿੱਚ ਕੋਈ ਫੈਸਿਲਿਟੀ ਨਹੀਂ, ਚੁੱਕੇ ਤੇ ਮਹੱਲਾ ਕਲੀਨਿਕ, ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਖੋਲ ਦਿੱਤੀ, ਕੀ ਲੋੜ ਸੀ ਜੀ?
ਠੀਕ ਹੈ, ਛੋਟੀ ਮੋਟੀ ਲੋਕਾਂ ਨੂੰ ਸਹੂਲਤ ਮਿਲਦੀ ਹੋਏਗੀ, ਮੈਂ ਨਹੀਂ ਕਹਿੰਦੀ, ਪਰ ਉੱਥੇ ਡਾਕਟਰ ਹੀ ਨਹੀਂ ਬੈਠਣਗੇ। ਵੱਡਾ ਹਸਪਤਾਲ ਉੱਥੇ ਲਾਓ, ਵੱਡੀ ਮਸ਼ੀਨਰੀ ਲਾਓ, ਸਹੂਲਤਾਂ ਦਿਓ, ਤਾਂ ਲੋਕੀ ਤੁਹਾਡੇ ਕੋਲ ਸਹੂਲਤਾਂ ਮੰਗਦੇ ਹੈ, ਵਧੀਆ ਡਾਕਟਰ ਮੰਗਦੇ ਹੈ, ਚੰਗੀਆਂ ਫੈਸਿਲਿਟੀਜ਼ ਮੰਗਦੇ ਹੈ। ਲੋਕੀ ਇਹ ਨਹੀਂ ਸੋਚਦੇ ਕਿ ਸਾਨੂੰ ਛੋਟੀ ਛੋਟੀਆਂ ਦਵਾਈਆਂ ਦੇਣ ਵਾਸਤੇ ਇੱਥੇ ਬੈਠ ਜਾਓ। ਹੁਣ ਸਾਡੇ ਇਲਾਕੇ ਦੇ ਵਿੱਚੋਂ ਮੰਨ ਲਓ ਬੇਗੋਵਾਲ ਦੇ ਵਿੱਚ ਸਾਡਾ ਹਾਲਾਂਕਿ ਕਮਿਊਨਿਟੀ ਹੈਲਥ ਸੈਂਟਰ ਹੈ, ਪ੍ਰਾਥ ਦੇ ਵਿੱਚ ਸਬ ਡਿਵੀਜ਼ਨ ਹਸਪਤਾਲ ਹੈ, ਲੋਕਾਂ ਨੇ ਉੱਥੇ ਇਲਾਜ ਘੱਟ ਕਰਾਉਂਦੇ ਆ। ਜਦੋਂ ਕੋਈ ਪ੍ਰੋਬਲਮ ਆਉਂਦੀ ਸਿੱਧੇ ਜਲੰਧਰ ਨੂੰ ਆਉਂਦੇ, ਕਿਉਂ? ਲੋਕ ਖਰਚ ਕਰ ਸਕਦੇ ਆ, ਉਹ ਇਸ ਲਈ ਖਰਚ ਕਰਦੇ ਆ ਕਿ ਸਾਡੀ ਜ਼ਿੰਦਗੀ ਦੀ ਲੋੜ ਹੈ। ਲੋਕ ਇਹ ਨਹੀਂ ਸੋਚਣਗੇ ਕਿ ਆਮ ਆਦਮੀ ਪਾਰਟੀ ਦੀ ਕਲੀਨਿਕ ਜਿਹੜੀ ਖੁੱਲੀ ਹੈ ਉੱਥੇ ਜਾ ਕੇ ਤੇ ਅਸੀਂ ਇੱਕ ਗੋਲੀ ਲੈ ਕੇ ਆ ਜਾਈਏ ਤੇ ਸਾਡਾ ਇਲਾਜ ਹੋ ਜਾਏਗਾ। ਸੋ ਬੈਸਟ ਡਾਕਟਰ ਹੋਣ, ਬੈਸਟ ਫੈਸਿਲਿਟੀਜ਼ ਹੋਣ, ਬੈਸਟ ਦਵਾਈਆਂ ਹੋਣ, ਚੰਗੀਆਂ ਉਹਨਾਂ ਨੂੰ ਮਸ਼ੀਨਰੀ ਮਿਲੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਮਜ਼ਬੂਤ ਕਰਦੇ? ਸੋ ਇਹ ਹਰ ਬੰਦਾ ਸੋਚਦਾ ਸੀ। ਸੁਵਿਧਾ ਕੇਂਦਰ ਬਣੇ ਸੀ, ਉਹ ਬੰਦ ਕਰਤੇ, ਉੱਥੇ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਕੰਮ ਕੀਤੇ ਜਾਂਦੇ, ਤਹਿਸੀਲੇ ਚਲ ਜਾਓ, ਇੰਨੀ ਲੁੱਟ। ਇਹ ਕਹਿੰਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਹਾਂ। ਮੇਰਾ ਖਿਆਲ ਹੈ ਕਿ ਜਿੰਨਾ ਅੱਜ ਤੁਸੀਂ ਇਹਨਾਂ ਨੇ ਪਤਾ ਨਹੀਂ ਕੀ ਐਲਾਨ ਕੀਤਾ ਸੀ, NOC ਲੈਣੀ ਪਏਗੀ, NOC ਹੋਏਗੀ, ਫਿਰ ਰਜਿਸਟਰੀ ਹੋਏਗੀ। ਮੇਰਾ ਖਿਆਲ ਤੁਸੀਂ ਅੱਜ ਚਲ ਜਾਓ ਉੱਥੇ ਤਹਿਸੀਲੇ ਵਿਦਆਊਟ NOC। ਇਹ ਕਹਿੰਦੇ ਕਰੀ ਜਾਓ ਤੁਸੀਂ ਫਟਾਫਟ, ਅਤੇ 30-30, 40-40 ਹਜ਼ਾਰ ਰੁਪਇਆ ਇੱਕ ਇੱਕ ਰਜਿਸਟਰੀ ਦਾ ਉੱਥੇ ਜਮ੍ਹਾਂ ਕਰਵਾਉਂਦੇ ਲੋਕ। ਉਹਦਾ ਕਾਰਨ ਕੀ ਹੈ ਜੀ? ਕਿਉਂਕਿ ਇੰਨੀ ਰਿਸ਼ਵਤ ਦਾ ਜ਼ੋਰ ਹੈ ਕਿ ਜਿਹੜੀ ਚੀਜ਼ ਲੋਕਾਂ ਨੇ ਸੋਚੀ ਨਹੀਂ ਸੀ। ਔਰ ਇਹ ਕਹਿੰਦੇ ਕੱਟੜ ਇਮਾਨਦਾਰ ਹੈ, ਘਰ ਆ ਕੇ ਕਰਨਗੇ। ਹੁਣ ਤੁਸੀਂ ਇਹ ਦੇਖੋ, ਇਹਨਾਂ ਨੇ ਆਟਾ ਦਾਲ ਸਕੀਮ ਹੈ ਜੀ। ਕੌਣ ਕਹਿੰਦਾ ਸੀ ਤੁਹਾਨੂੰ ਕਿ ਆਟਾ ਦੇ ਤੁਸੀਂ ਘਰਾਂ 'ਚ ਦੇਣ ਆਓ? ਉਹ ਤਾਂ ਕਹਿੰਦੇ ਕਣਕ ਮਿਲਦੀ ਹੈ ਉੱਥੇ, ਆਪੇ ਡੀਪੂ 'ਤੇ ਆ ਕੇ ਲੋਕ ਲੈ ਲੈਂਦੇ ਸੀ। ਕਿੱਡਾ ਕੁ ਦੂਰ ਹੁੰਦੀ ਡੀਪੂ ਜੀ, ਕਿੰਨਾ ਕੁ ਦੂਰ ਹੁੰਦਾ ਪਿੰਡ ਦੇ ਵਿੱਚ? ਉੱਥੋਂ ਆ ਕੇ ਲੈ ਲੈਂਦੇ ਸੀ, ਜਾਂ ਕੋਈ ਜਿਹੜਾ ਸੇਲਮੈਨ ਹੁੰਦਾ ਸੀ ਉੱਥੋਂ ਲੈ ਲੈਂਦੇ ਸੀਗੇ। ਹੁਣ ਇਹਨਾਂ ਨੇ ਆਟਾ ਭਾਵੇਂ ਵਿੱਚ ਬਜਰੀ ਪੀਸੀ ਹੋਵੇ, ਭਾਵੇਂ ਰੋੜੇ ਪੀਸੇ ਹੋਣ, ਉਹ ਆਟਾ ਲਿਜਾਂਦੇ। ਫਿਰ ਲਾਈ ਕਿਹੜੀ ਕੰਪਨੀ? ਦਿੱਲੀ ਤੋਂ ਕੰਪਨੀ ਲਾਈ, ਉਹ ਕੰਪਨੀ ਦੇ ਵਿੱਚ ਜਿਹੜੇ ਲੋਕਾਂ ਨੂੰ ਲਾਏ ਆ, ਮੁਲਾਜ਼ਮਤ ਦਿੱਤੀ ਹੈ, ਉਹ ਆਟਾ ਦਾਲ ਵੰਡਣ ਜਾਂਦਾ। ਇੱਥੇ ਪੰਜਾਬ ਦੇ ਲੋਕ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਭ ਤੋਂ ਵੱਧ ਨੁਕਸਾਨ ਜਿਹੜੀਆਂ ਰਵਾਇਤੀ ਪਾਰਟੀਆਂ ਤੇ ਉਹਨਾਂ ਨੇ ਕੀਤਾ ਹੈ। ਅਕਾਲੀ ਦਲ ਤੇ ਤਿੱਖੇ ਹਮਲੇ ਕਰ ਦੇਣਗੇ, ਸਭ ਤੋਂ ਵੱਧ ਮਾਫੀਆ ਅਕਾਲੀ ਦਲ ਦੇ ਰਾਜ 'ਚ ਆਇਆ, ਚਾਹੇ ਰੇਤ ਮਾਫੀਆ ਦੀ ਗੱਲ ਕਰਦੇ ਨੇ, ਕੇਵਲ ਮਾਫੀਆ ਦੀ ਗੱਲ ਕਰਦੇ ਨੇ, ਹੋਰ ਕਈ ਤਰ੍ਹਾਂ ਦੇ ਮਾਫੀਆ ਦੀ ਗੱਲ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਸਾਰਾ ਕੁਝ ਚੱਲੇ। ਹੁਣ ਸਸਤੀ ਹੋ ਗਈ ਜੀ, ਕਿ ਹੁਣ ਮਾਫ ਹੋ ਗਈ। ਜਾਂ ਤੇ ਮੰਨ ਲਓ ਉਹਨਾਂ ਦਾ ਆ ਗਿਆ ਸੀ, ਉਹਨੇ ਰੇਤ ਮਾਫੀਆ ਚਲਾ ਦਿੱਤਾ, ਤੁਸੀਂ ਮੰਨਦੇ? ਨਹੀਂ, ਮੈਂ ਤਾਂ ਮੰਨਦੀ ਨੀ, ਨਾ ਆਪਾਂ ਕਦੀ ਕੀਤੀ ਹੈ। ਮੇਰੇ ਇਲਾਕੇ 'ਚ ਪੁੱਛ ਲਓ ਜੀ, 2 ਖੱਡਾਂ ਅਲਾਟ ਕੀਤੀਆਂ ਸੀ ਸਰਕਾਰ ਨੇ, ਮੈਂ ਲੱਗਣ ਨਹੀਂ ਦਿੱਤੀਆਂ, ਮੈਂ ਨਹੀਂ ਲੱਗਣ ਦਿੱਤੀਆਂ। ਕਿਉਂਕਿ ਜੋ ਰੇਤਾ ਉੱਥੇ ਵਿਕੇਗੀ, ਰੇਤਾ ਉੱਥੋਂ ਨਿਕਲੇਗੀ, ਮੈਂ ਕਹਿੰਦੀ ਸੀ ਲੋਕਾਂ ਨੂੰ ਉੱਦਾਂ ਦਿਓ ਜਿੱਦਾਂ ਅੱਗੇ ਦਿੰਦੇ ਸੀਗੇ, ਜਦੋਂ ਨਿਕਲੇਗੀ ਉਹ ਮੇਰੇ, ਮੈਂ ਕਹਿੰਦੀ ਸੀ ਮੇਰੇ ਸਿਰ 'ਚ ਵੀ ਰੇਤਾ ਪੈ ਗਈ, ਮਤਲਬ ਕਿ ਮੇਰੇ 'ਤੇ ਵੀ ਇਲਜ਼ਾਮ ਆਏਗਾ, ਮੈਂ ਉੱਥੇ ਨਹੀਂ ਲੱਗਣ ਦਿੱਤਾ। ਧਾਲੀਵਾਲ ਬੇਟ ਸੀ ਇੱਕ, ਤਾਂ ਇੱਕ ਸਾਡੇ ਚੱਕੋਗੀ ਪਿੰਡ ਦੇ ਵਿੱਚ ਸੀਗਾ, ਟਿਲਮਾਂ ਦੇ ਕੋਲ, ਮੈਂ ਨਹੀਂ ਲੱਗਣ ਦਿੱਤੇ। ਸਾਰੇ ਪੰਜਾਬ 'ਚ ਲੱਗੇ, ਮੈਂ ਨਹੀਂ ਚੱਲਣ ਦਿੱਤੇ। ਮੈਂ ਕਿਹਾ ਕਿ ਦੇਖੋ, ਮੈਂ ਨਹੀਂ ਚਾਹੁੰਦੀ ਕਿ ਇੱਥੇ ਲੋਕਾਂ ਦੀਆਂ ਟਰਾਲੀਆਂ ਨਿਕਲਣ, ਸਾਡੀਆਂ ਸੜਕਾਂ ਟੁੱਟਣ ਅਤੇ ਸਾਡਾ ਉੱਥੇ ਨੁਕਸਾਨ ਹੋਵੇ। ਸੋ ਮੈਂ ਆਪਣੇ ਆਪਣੇ ਇਲਾਕੇ ਦੀ ਬੰਦਾ ਨਿਫਾਜ਼ਤ ਕਰਦਾ। ਮੈਂ ਚਲੋ ਮੈਂ ਤੁਹਾਡੀ ਗੱਲ ਮੰਨ ਲੈਂਦੀ, ਇਹ ਕਹਿੰਦੇ ਆ ਕਿ ਉਦੋਂ ਰੇਤਾ ਬੜੀ ਮਹਿੰਗੀ ਸੀ, ਰੇਤਾ ਮਾਫੀਆ ਚੱਲਿਆ, ਅੱਜ ਬੰਦ ਹੋ ਗਿਆ। ਉਹੀ ਟਰਾਲੀ, ਉਹੀ ਰੇਤਾ, ਅੱਜ ਪਤਾ ਕਰ ਲਓ ਕਿੱਥੇ ਪਹੁੰਚੀ। ਸੋ ਰੇਤਾ ਤਾਂ ਮਿਲਦੀ ਨਹੀਂ ਨਾ ਲੋਕਾਂ ਨੂੰ, ਇੰਨੀ ਮਹਿੰਗੀ ਕਰ ਦਿੱਤੀ ਹੈ ਕਿ ਉਹ ਮਿਲਦੀ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਫਜ਼ੂਲ, ਦੇਖੋ ਮੈਂ ਇੱਕ ਦੱਸਾਂ ਜੀ, ਕਿਸੇ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਵੀ ਅੱਜ ਹੋ ਕੀ ਰਿਹਾ। ਮੈਂ ਮੰਨਦੀ ਹਾਂ ਚਲੋ ਲੋਕਾਂ ਨੇ ਸਾਡੇ ਕੋਲ ਗਲਤੀਆਂ ਹੋ ਗਈਆਂ, ਲੋਕਾਂ ਨੇ ਸਜ਼ਾ ਦੇ ਦਿੱਤੀ, ਲੋਕਾਂ ਨੇ ਇਹਦੇ ਗੱਲਾਂ 'ਚ ਆ ਗਏ, ਇਹਨੇ ਸਰਕਾਰ ਬਣਾਤੀ, ਕਮ ਸੇ ਕਮ ਜੋ ਤੁਸੀਂ ਕਿਹਾ ਸੀ ਉਹ ਦੱਸ ਤੇ ਦਿੰਦੇ ਕਰਕੇ।
ਵਿਰੋਧੀ ਦਾ ਹਜੇ ਵੀ ਕਰਕੇ ਦੱਸਦੇ ਦਿੰਦੇ, ਵਿਰੋਧੀ ਦਾ ਹਜੇ ਵੀ ਕਹਿੰਦੇ ਨੇ ਕਿ ਤੁਹਾਡੇ ਪੰਥ ਦੇ ਵਿੱਚ ਬੇਅਦਬੀ ਹੋਈਆਂ, ਗੋਲੀ ਕਾਂਡ ਹੋਈਆਂ, ਕਾਂਡ ਵਾਪਰਿਆ ਜਿਹੜਾ, ਭਾਵੇਂ ਕਿ ਪ੍ਰਧਾਨ ਨੇ ਮਾਫੀ ਵੀ ਮੰਗ ਲਈ ਵੀ ਕੌਮ ਤੋਂ ਵੀ ਸਾਡੇ ਰਾਜ ਚਲੋ ਹੋਈਆਂ ਅਸੀਂ ਸਜ਼ਾ ਨਹੀਂ ਦੇ ਸਕੇ, ਉਹ ਕਹਿੰਦੇ ਨੇ ਵੀ ਕਿ ਇਹ ਦੁਬਾਰੇ ਫੇਰ ਤੁਹਾਡੇ ਸਾਹਮਣੇ ਹੋਣ, ਪਿਛਲੀਆਂ ਚੋਣਾਂ 'ਚ ਵੀ ਖੜਾ ਹੋਇਆ ਵਿਧਾਨ ਸਭਾ ਦੇ ਵਿੱਚ, ਹੁਣ ਫੇਰ ਵਿਰੋਧੀ ਤੁਹਾਡੇ ਦੇ ਦਾਅ ਕਰ ਰਹੇ ਨੇ? ਦੇਖੋ ਜੇ ਲੋਕਾਂ ਨੂੰ ਇਹੀ ਗੁੱਸਾ ਸੀ ਨਾ ਕਿ ਇਹ ਪੰਥ ਦੀ ਸਰਕਾਰ ਸੀ, ਨਹੀਂ ਸੀ ਹੋਣੀ ਚਾਹੀਦੀ, ਇਹੋ ਹੀ ਗੱਲ ਹੈ ਨਾ ਜੀ। ਜੇ ਹੋਈ ਸੀ ਗੱਲ ਤਾਂ ਉਹ ਸਮਾਂ ਨਹੀਂ ਸੀ ਲੱਗਣਾ ਚਾਹੀਦਾ ਦੋਸ਼ੀ ਫੜਨ ਵਿੱਚ, ਗੱਲ ਤਾਂ ਇੰਨਾ ਹੋਇਆ ਨਾ ਜੀ। ਗੱਲ ਇਹ ਹੈ ਕਿ ਸਾਡੇ ਕੋਲ ਗਲਤੀ ਹੋ ਗਈ, ਸਾਡੀ ਸਰਕਾਰ ਦੇ ਵਿੱਚ ਨਹੀਂ ਫੜ ਸਕੇ ਛੇਤੀ, ਨਹੀਂ ਐਕਸ਼ਨ ਲੈ ਸਕੇ ਛੇਤੀ, ਸਿੱਟ ਬਣਾ ਦਿੱਤੀ ਉਹਨਾਂ, ਕਿ CBI ਦੇ ਦਿਓ, ਲੰਬਾ ਸਮਾਂ ਲੱਗ ਗਿਆ। ਇਹ ਤਾਂ ਕਹਿੰਦੇ ਸੀ ਅਸੀਂ ਇੱਕ ਮਹੀਨੇ ਦੇ ਵਿੱਚ ਦੇ ਦਾਂਗੇ, ਅਸੀਂ ਇੱਕ ਮਹੀਨੇ 'ਚ ਫੜਾਂਗੇ, ਕੈਪਟਨਾਂ ਵੀ ਕਿਹਾ ਸੀ ਵੀ ਇੱਕ ਮਹੀਨੇ 'ਚ ਦੋਸ਼ੀ ਫੜਾਂਗੇ। ਇਹ ਕਹਿੰਦੇ ਸੀ ਨਸ਼ਾ ਵੀ ਇੱਕ ਹਫ਼ਤੇ 'ਚ ਖਤਮ ਕਰ ਦਿਆਂਗੇ, ਦੋਸ਼ੀ ਵੀ ਅਸੀਂ ਫੜ ਲਾਂਗੇ। ਚਲੋ ਸਾਡੀਆਂ ਗੱਲਾਂ ਛੱਡੋ, ਸਾਡੇ ਲੋਕਾਂ ਨੇ ਹਰਾ ਦਿੱਤਾ, ਸਾਡੀਆਂ ਜਿਹੜੀਆਂ ਸਾਡੀਆਂ ਕਮੀਆਂ ਸੀ ਉਹ ਸਾਨੂੰ ਸਜ਼ਾ ਦੇ ਦਿੱਤੀ। ਹੁਣ ਲੋਕ ਮਹਿਸੂਸ ਕਰਦੇ ਆ ਵੀ ਉਹਨਾਂ ਨੂੰ ਤਾਂ ਅਸੀਂ ਗੁੱਸੇ 'ਚ ਆ ਕੇ ਸਭ ਕੁਝ ਕਰਤਾ, ਲੇਕਿਨ ਜਿਹਨਾਂ ਨੇ ਝੂਠ ਬੋਲਿਆ ਸੀ ਉਹਨਾਂ ਨੂੰ ਸਜ਼ਾ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਸਜ਼ਾ ਦੇਣਗੇ ਨਾ? ਇਹਦਾ ਮਤਲਬ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਵੀ ਇਹ ਝੂਠ ਬੋਲ ਕੇ ਇਹਨਾਂ ਨੇ ਸਭ ਕੁਝ ਕੀਤਾ। ਮੈਂ ਤਾਂ ਕਹਿੰਦੀ ਜੋ ਇਹਨਾਂ ਨੇ ਕਿਹਾ ਸੀ ਕਰ ਦਿੰਦੇ, ਸਾਨੂੰ ਇਤਰਾਜ਼ ਹੀ ਕੋਈ ਨਹੀਂ। ਸਰਕਾਰ ਕਰੇ ਕੰਮ, ਡਿਵੈਲਪਮੈਂਟ ਕਰੇ, ਲੋਕਾਂ ਨੂੰ ਸਹੂਲਤਾਂ ਦੇਵੇ, ਨੌਕਰੀਆਂ ਦੇਵੇ, ਫਰੀ ਰੇਤਾ ਦੇਵੇ, ਬਜਰੀ ਦੇਵੇ, ਮਾਫੀਆ ਖਤਮ ਕਰੇ। ਅਤੇ ਅੱਜ ਤਾਂ ਇਹ ਕਹਿੰਦੇ ਹੁੰਦੇ ਸੀ VIP ਕਲਚਰ ਨਹੀਂ ਹੋਣਾ ਚਾਹੀਦਾ, ਹੁਣ ਤੁਸੀਂ ਦੇਖੋ ਵੀ ਕਿੰਨੀ ਕਿੰਨੀ ਸਿਕਿਉਰਿਟੀ। ਇੱਕ CM ਨਾਲ ਥੋੜੂ ਹੈ, CM ਦੇ ਘਰ ਦੇ ਇਕੱਲੇ ਇਕੱਲੇ ਮੈਂਬਰ ਦੇ ਨਾਲ ਉਨੀ ਸਿਕਿਉਰਿਟੀ ਹੈ ਜਿੰਨੀ CM ਦੀ ਹੁੰਦੀ ਸੀਗੀ। ਗੱਡੀਆਂ ਮੇਰਾ ਖਿਆਲ ਹੈ ਕਿ ਉਨੀਆਂ CM ਨਾਲ ਪਹਿਲਾਂ ਨਹੀਂ ਸੀ ਹੁੰਦੀਆਂ ਜਿੰਨੀਆਂ ਅੱਜ ਨੇ। ਮੈਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੀ ਇਤਰਾਜ਼ ਹੈ ਜੀ? ਪਰ ਜਦੋਂ ਜਹਾਜ਼ ਚਲਾਉਂਦੇ ਹੁੰਦੇ ਸੀਗੇ, ਹੈਲੀਕਾਪਟਰ ਚੱਲਦਾ ਸੀ ਬਾਦਲ ਸਾਹਿਬ ਦਾ ਕਿਤੇ, ਅਤੇ ਕਹਿੰਦੇ ਹੁੰਦੇ ਸੀ ਬਾਦਲ ਸਾਹਿਬ ਹੈਲੀਕਾਪਟਰ ਚਲਾਉਂਦੇ, ਹੁਣ ਤਾਂ ਬਾਦਲ ਸਾਹਿਬ ਤਾਂ ਹੈਲੀਕਾਪਟਰ ਚਲਾਉਂਦੇ ਪੰਜਾਬ ਵਾਸਤੇ ਆਪਣੇ ਲਈ, ਹੁਣ ਤਾਂ ਹੈਲੀਕਾਪਟਰ ਕੇਜਰੀਵਾਲ ਵਾਸਤੇ ਕਿੱਥੇ, ਕੋਈ ਹਿਮਾਚਲ ਲੈ ਕੇ ਜਾਂਦੇ, ਕੋਈ ਮੱਧ ਪ੍ਰਦੇਸ਼ ਲੈ ਕੇ ਜਾਂਦੇ, ਉਹ ਕਿਹਦਾ ਹੈਲੀਕਾਪਟਰ ਚੱਲਦਾ? ਪਹਿਲਾਂ ਕਹਿੰਦੇ ਸੀ ਅਸੀਂ ਤਾਂ ਘਰ ਨਹੀਂ ਲੈਣੇ, ਤਾਂ ਹੁਣ 45-45 ਕਰੋੜ ਰੁਪਈਆ ਇਹਨਾਂ ਦੇ ਮੁਖੀ ਦੇ, ਇਹਨਾਂ ਦੇ ਜਿਹੜਾ ਕੇਜਰੀਵਾਲ ਵਰਗਿਆਂ ਦੇ ਕੋਠੀਆਂ ਦੀ ਜਿਹੜੀ ਬੰਗਲੇ ਦੀ ਰਿਪੇਅਰ ਵਾਸਤੇ ਲੱਗ ਰਿਹਾ। ਸੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ। ਮੈਂ ਸਮਝਦੀ ਚੀਪ ਗੱਲ ਕਰਨੀ ਨਹੀਂ ਚਾਹੀਦੀ, ਜੋ ਪ੍ਰੋਟੋਕੋਲ ਹੈ ਉਹਦੇ 'ਚ ਰਹੋ, ਔਰ ਸਾਰੀ ਸਰਕਾਰ ਨੇ ਪ੍ਰੋਟੋਕੋਲ 'ਚ ਰਹਿਣਾ ਹੁੰਦਾ, ਸਾਰੇ ਲੀਡਰਾਂ ਨੇ ਵੀ ਰਹਿਣਾ ਹੁੰਦਾ। ਹੁਣ ਅੱਜ ਜਿਹੜਾ ਹੈ, ਤੁਸੀਂ ਕਿਤੇ ਅਫਸਰਾਂ ਨੂੰ ਪੁੱਛ ਕੇ ਵੇਖ ਲਓ, ਮੁਲਾਜ਼ਮਾਂ ਨੂੰ ਪੁੱਛ ਕੇ ਵੇਖ ਲਓ, ਇੰਨੇ ਦੁਖੀ ਹੈ। ਉਹ ਕਹਿੰਦੇ ਜੀ ਨਾ ਤਾਂ ਇਹਨਾਂ ਦੇ MLA ਦਾ ਸਾਨੂੰ ਪਤਾ ਲੱਗਦਾ ਜੇ ਕੋਈ ਆਉਂਦਾ, ਨਾ MLA ਨੂੰ ਪਤਾ ਲੱਗਦਾ ਕੰਮ ਕਿੱਦਾਂ ਕਰਾਉਣਾ, ਨਾ ਉਹਨੂੰ ਪਤਾ ਵੀ ਇਹ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ। ਕਮ ਸੇ ਕਮ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਹੁੰਦੇ ਸੀ ਜਾਂ ਦੂਜੇ ਵੀ ਲਾ ਲਓ, ਉਹ ਕਹਿੰਦੇ ਉਹਨੂੰ ਪਤਾ ਤਾਂ ਹੁੰਦਾ ਸੀ ਨਾ ਵੀ ਕੰਮ ਕਰਾਉਣਾ ਕਿੱਦਾਂ, ਕੰਮ ਹੋਣਾ ਕਿੱਦਾਂ, ਕੋਈ ਕਾਨੂੰਨ ਵੀ ਚੀਜ਼ ਹੈ। ਪਰ ਇਹ ਪਾਰਟੀ ਤਾਂ ਕਹਿ ਦਿੰਦੀ ਆਮ ਆਦਮੀ ਪਾਰਟੀ, ਕਹਿੰਦੇ ਵੀ ਗਰੀਬ ਘਰਾਂ ਦੇ ਮੁੰਡੇ ਜੇ ਵਿਧਾਇਕ ਬਣ ਗਏ, ਮੰਤਰੀ ਬਣ ਗਏ, ਕਹਿੰਦੇ ਇਹਦੇ ਤੁਸੀਂ ਕਹਿੰਦੇ ਜਲੀ ਜਾਂਦੇ ਨੇ, ਇਹ ਤੁਸੀਂ ਦਿੱਕਤ ਹੋਈ ਜਾਂਦੀ ਹੈ। ਸਾਨੂੰ ਕਾਹਦੀ ਤਕਲੀਫ ਹੈ ਜੀ, ਸਾਨੂੰ ਤਾਂ ਖੁਸ਼ੀ ਹੈ ਵੀ ਬਣੇ। ਮੈਂ ਤਾਂ ਕਹਿੰਦੀ ਬੱਚਿਆਂ ਨੂੰ ਤਕੜੇ ਹੋਣਾ ਚਾਹੀਦਾ, ਉਹ ਕੰਮ ਕਰਨ, ਸਮਝਣ ਸਰਕਾਰ ਨੂੰ ਕਿੱਦਾਂ ਚਲਾਉਣਾ, ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਿੱਦਾਂ ਕਰਾਉਣੀਆਂ, ਅਫਸਰ ਦੀ ਰਿਸਪੈਕਟ ਕਿੱਦਾਂ ਕਰਨੀ। ਆਫਿਸਰ ਵੀ ਸਾਡੇ ਬੱਚੇ ਹੈ ਨਾ, ਜੇ ਗਰੀਬ ਘਰ ਦਾ ਬੱਚਾ MLA ਬਣਿਆ, ਹੋ ਸਕਦਾ ਜਿਹੜਾ ਅਫਸਰ ਬਣਿਆ ਉਹ ਕਿੰਨੇ ਗਰੀਬ ਦਾ ਬੱਚਾ ਹੋਵੇ, ਪੜ੍ਹ ਕੇ ਆਇਆ ਉੱਥੇ ਜਿਸ ਕੁਰਸੀ ਤੇ ਬੈਠਾ, ਤੇ ਜਿਸ ਕੁਰਸੀ ਤੇ ਉਹ ਬੈਠਾ ਉਹਨੇ ਪੜ੍ਹਾਈ ਵੀ ਕੀਤੀ ਹੈ, ਉਹਨੇ ਵਿਚਾਰੇ ਨੇ ਮਿਹਨਤ ਵੀ ਕੀਤੀ ਹੈ, ਉਹਦਾ ਤਪੱਸਿਆ ਘੱਟ ਹੁੰਦੀ ਹੈ। ਹੁਣ IAS ਅਫਸਰ ਹੈ, PCS ਅਫਸਰ ਹੈ, ਜਾਂ ਕੋਈ ਟੀਚਰ ਹੈ, ਕੋਈ ਲੈਕਚਰਰ ਹੈ, ਕੋਈ ਪ੍ਰੋਫੈਸਰ ਹੈ, ਪੁਲਿਸ ਅਫਸਰ ਹੈ, ਉਹਨਾਂ ਦੀ ਕਿੰਨੀ ਤਪੱਸਿਆ। ਤੇ ਜੇ ਉਹਨਾਂ ਨੂੰ ਤੁਸੀਂ ਬੇਇੱਜ਼ਤੀ ਕਰੋਗੇ, ਉਹਨਾਂ ਨੂੰ ਤਾਲੀਮ ਨਾਲ ਨਹੀਂ ਬੁਲਾਓਗੇ, ਉਹਨੂੰ ਓਏ ਕਹਿ ਕੇ ਕਰੋਗੇ, ਜਾਂ ਉਹਨੂੰ ਕਹੋ ਚੱਲ ਉੱਠ ਕੁਰਸੀ ਤੋਂ,
ਤੈਨੂੰ ਹੁਣੇ ਮੈਂ ਬਾਹਰ ਕੱਢਾਂਗਾ। ਇਹ ਗੱਲਾਂ ਨਹੀਂ ਨਾ ਹੈਗੀਆਂ ਜੀ, ਗੱਲਾਂ ਕੋਈ ਸਾਡੀ ਵਾਸਤੇ ਵੀ, ਸਾਡੀ ਵੀ ਤਹਿਜੀਬ ਦੀ ਲੋੜ ਹੈ। ਲੋਕ ਸਾਡੇ ਤੋਂ, ਅਸੀਂ ਲੋਕਾਂ ਲਈ ਐਗਜ਼ਾਮਪਲ ਹੈ, ਅਸੀਂ ਲੋਕਾਂ ਦੀ ਅਗਵਾਈ ਕਰ ਰਹੇ ਹਾਂ। ਜਿਹੜਾ ਲੀਡਰ ਹੁੰਦਾ ਜੀ, ਤੁਸੀਂ ਹੁਣ ਦੇਖੋ ਵਿਧਾਨ ਸਭਾ ਹੀ ਦੇਖ ਲਓ, ਵਿਧਾਨ ਸਭਾ ਦਾ ਮਿਆਰ ਰਿਹਾ। ਉੱਥੇ ਜਦੋਂ ਸੀਐਮ ਸਾਹਿਬ ਬੋਲਦੇ, ਸੀਐਮ ਸਾਹਿਬ ਮੈਂ ਕਹਿੰਦੀ ਸਦਾ ਪ੍ਰਕਾਸ਼ ਬਾਦਲ ਬੈਠੇ ਹੁੰਦੇ ਸੀਗੇ, ਸੋਰੀ MLA ਕਈ ਵਾਰੀ ਉੱਚੀ ਉੱਚੀ ਬੋਲਣਾ, ਇੰਨਾ ਵੀ ਨਹੀਂ ਸੀ ਬੋਲਦੇ। ਮੈਂ ਕਹਿੰਦੀ ਉਦੋਂ ਵਾਕਆਊਟ ਕਰ ਜਾਂਦੇ ਸੀ, ਠੀਕ ਹੈ, ਮਾੜਾ ਮੋਟਾ ਮੁਰਦਾਬਾਦ ਦੇ ਨਾਅਰੇ ਲਾ ਦਿੰਦੇ ਸਰਕਾਰ ਦੇ ਖਿਲਾਫ, ਇਹੀ ਕੁਝ ਹੁੰਦਾ ਸੀਗਾ। ਪਰ ਇੰਨਾ ਤੂੰ ਤੂੰ ਮੈਂ ਮਾਂ, ਏਦਾਂ ਪਿੰਡਾਂ ਦੇ ਵਿੱਚ ਜਨਾਨੀਆਂ ਜਿਹੜੀਆਂ ਕਹਿੰਦੇ ਹੁੰਦੇ ਪਿੰਡਾਂ 'ਚ ਲੜਦੀਆਂ ਜਨਾਨੀਆਂ, ਉਹ ਵੀ ਨਹੀਂ ਕਰਦੀਆਂ ਹੋਣੀਆਂ ਜਿੰਨਾ ਇਹਨਾਂ ਨੇ ਜੋ ਉੱਥੇ ਜਲੂਸ ਕੱਢਿਆ। ਮੈਂ ਕਿਹਾ ਜ਼ਿਆਦਾ ਕਿ ਉੱਥੇ ਸ਼ਰਮ ਆਉਣ ਲੱਗ ਪਈ ਵੀ ਲੋਕ ਕੀ ਕਹਿਣਗੇ ਵੀ ਸਾਡਾ ਮੁੱਖ ਮੰਤਰੀ, ਸਾਡੇ ਮੰਤਰੀ, ਸਾਡੇ MLA ਚੁਣ ਕੇ ਅਸੀਂ ਜੋ ਭੇਜਦੇ ਹਾਂ, ਸਾਡਾ ਚੁਣਨ ਵਾਲੇ ਵੀ ਉਸ ਵੇਲੇ ਸ਼ਰਮਸਾਰ ਹੁੰਦੇ ਹੋਣਗੇ ਵੀ ਅਸੀਂ ਕਿਹੜੀ ਗੱਲਾਂ ਤੋਂ ਇੱਦਾਂ ਦੇ ਚੁਣ ਦਿੱਤੇ। ਬੀਬੀ ਜੀ, ਲਾਸਟ ਸਵਾਲ, ਜਲੰਧਰ ਹਲਕੇ ਨੂੰ ਲੈ ਕੇ ਬਾਹਰੋਂ ਲਿਆਉਣਾ ਪਿਆ ਉਮੀਦਵਾਰ, ਕੀ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦੀ ਕਮੀ ਹੈ ਕਿ ਨਹੀਂ ਸੀ ਕੋਈ ਲੀਡਰ ਕੋਈ ਇਸ ਲੈਵਲ ਦਾ ਕਿ ਤੁਹਾਨੂੰ ਮਹਿੰਦਰ KP ਨੂੰ ਉਤਾਰਨਾ ਪਿਆ ਚੁਣਨਾਂ 'ਚ? ਮੈਂ ਸਭੀ ਦੀ, ਸਾਡੇ ਕੋਲ ਹੈਗੇ ਸੀਗੇ ਜੀ, ਮੈਂਬਰ ਪਾਰਲੀਮੈਂਟ ਸੀ, ਲੜਾ ਸਕਦੇ ਸੀਗੇ। ਬਾਦਲ ਸਾਹਿਬ ਨੇ ਮਨ ਬਣਾਇਆ ਸੀਗਾ ਕਿ ਮੈਂ ਜਿਹੜੇ ਹਲਕਿਆਂ ਦੇ ਇੰਚਾਰਜ ਇਸ ਵੇਲੇ ਕੰਮ ਕਰ ਰਹੇ ਹੈ, ਮੈਂ ਉਹਨਾਂ ਨੂੰ ਚੋਣ ਨਹੀਂ ਲੜਾਉਣੇ ਚਾਹੁੰਦੇ, ਸਾਰੇ ਕਹਿਣ ਲੱਗੇ। ਫਿਰ KP ਸਾਹਿਬ ਨੇ, ਚਲੋ ਇਹ ਪੁਰਾਣੇ, ਦੇਖੋ ਇੱਕ ਗੱਲ ਤਾਂ, ਭਾਵੇਂ ਪਾਰਟੀ ਕਾਂਗਰਸ ਦੀ ਸੀ ਇਹਦੀ, ਪਰ ਮੇਰਾ ਖਿਆਲ ਹੈ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵਿਅਕਤੀ ਨੂੰ ਪੁੱਛ ਲਓ, ਲੋਕ ਇਹ ਕਹਿਣਗੇ ਕਿ ਸ਼ਰੀਫ ਬਹੁਤ, ਨਿਮਰਤਾ ਵਾਲੇ ਨੇ, ਸਤਿਕਾਰ ਕਰਦੇ, ਔਰ ਸਾਰੀਆਂ ਹੀ ਪਾਰਟੀਆਂ ਨੇ ਸਤਿਕਾਰ ਕਰਦੀਆਂ ਰਹੀਆਂ ਸਾਰੀਆਂ। ਪਰ ਕੋਈ, ਮੇਰਾ ਖਿਆਲ ਹੈ ਕੋਈ ਦਾਗ ਵੀ ਅਸੀਂ ਤਾਂ ਅਜੇ ਤੱਕ ਨਹੀਂ ਸੁਣਿਆ ਕਿਸੇ ਵਿਅਕਤੀ ਦੇ ਉੱਤੇ, ਬੇਦਾਗ ਜਿੱਦਾਂ ਕਹਿ ਦਿੰਦਾ। ਹੋ ਸਕਦਾ ਕਿੰਤੂ ਪ੍ਰੰਤੂ ਤਾਂ ਸਾਰੇ ਆਪਾਂ ਕਰ ਦਿੰਦੇ ਹਾਂ ਇੱਕ ਦੂਜੇ ਦੇ ਉੱਤੇ, ਕਮੀਆਂ ਵੀ ਸਾਡੇ 'ਚ ਹੁੰਦੀਆਂ। ਪਰ ਮੈਨੂੰ ਇਸ ਤਰ੍ਹਾਂ ਲੱਗਾ ਕਿ ਕਿਸੇ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਇਹ ਬੰਦੇ ਦੇ ਉੱਤੇ ਕੋਈ ਆਹ ਦਾਗ ਨੇ, ਇਹਨੇ ਆਹ ਮਾੜੇ ਕੰਮ ਕੀਤੇ ਹੈ ਜਾਂ ਕਰਪਸ਼ਨ ਕੀਤੀ ਹੈ ਜਾਂ ਇਹ ਕਿਸੇ ਨਾਲ ਧੱਕਾ ਕੀਤਾ, ਵਾਧਾ ਕੀਤਾ। ਅਤੇ ਉਹ ਫਿਰ ਜੇ ਉਹਨਾਂ ਨੇ ਅਪਰੋਚ ਕੀਤੀ ਹੈ ਅਤੇ ਇਹਨਾਂ ਨੇ ਵੀ ਸਮਝਿਆ ਕਿ ਤਜਰਬੇਕਾਰ ਨੇ, ਮਨਿਸਟਰ ਵੀ ਰਹੇ ਹੈ, ਮੈਂਬਰ ਪਾਰਲੀਮੈਂਟ ਰਹੇ ਹੈ, ਫਿਰ ਬੜੀ ਰਿਸਪੈਕਟੇਬਲ ਜੋ ਆਪਣੀ ਜ਼ਿੰਦਗੀ ਜੀਵੀ ਹੈ, ਤਾਂ ਇਸ ਇਹੋ ਜਿਹੇ ਵਿਅਕਤੀ ਨੂੰ ਜਿਹੜਾ ਬਿਲਕੁਲ ਧਰਤੀ ਨਾਲ ਜੁੜਿਆ ਹੋਵੇ, ਜੇ ਉਹਨੂੰ ਮੌਕਾ ਦੇ ਦਿੱਤਾ ਜਾਵੇ, ਉਹ ਮਹਿਸੂਸ ਕਰਦੇ ਹੋਣ ਕਿ ਮੈਨੂੰ ਮੌਕਾ ਦਿਓ ਅਤੇ ਮੈਂ ਤੁਰਾਂਗਾ। ਮੇਰਾ ਖਿਆਲ ਹੈ ਕਿ ਇੱਥੇ ਲੋਕਾਂ ਵਿੱਚ ਵੀ ਖੁਸ਼ੀ ਹੈ, ਜਿਹੜੀ ਮੈਂ ਸ਼ਹਿਰ ਵਿੱਚ ਮਹਿਸੂਸ ਕੀਤਾ ਵੀ ਸਾਰੇ ਕੈਂਡੀਡੇਟਾਂ ਨਾਲੋਂ। ਹੁਣ ਦੇਖੋ ਚੰਨੀ ਸਾਹਿਬ ਕਿੱਥੋਂ ਆਏ ਨੇ, MP ਆ ਸਕਦਾ ਕਿਤੇ, ਉਹ ਵੀ ਲੜ ਸਕਦਾ, ਇਹ ਤਾਂ ਜਲੰਧਰ ਦੇ ਨੇ, ਇਹਦੇ ਜਲੰਧਰ। ਹਾਂ, ਪਾਰਟੀ ਬਦਲੀ ਹੈ, ਪਾਰਟੀ ਬਦਲ ਕੇ ਜੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਸ ਪਾਰਟੀ ਨੇ ਮੇਰੇ ਨਾਲ ਧੱਕਾ ਕੀਤਾ, ਮੈਨੂੰ ਇਨਸਾਫ਼ ਨਹੀਂ ਮਿਲਿਆ ਅਤੇ ਮੇਰਾ ਜੀ ਕਰਦਾ ਕਿ ਮੈਂ ਸੇਵਾ ਕਰਾਂ, ਅਤੇ ਚਲੋ ਮੌਕਾ ਦੇਣਾ ਕੋਈ ਮਾੜੀ ਗੱਲ ਨਹੀਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ। ਇਹ ਸਨ ਬੀਬੀ ਜਗੀਰ ਕੌਰ, ਜਿਨ੍ਹਾਂ ਦੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਆ ਹੁਣ ਸਮੇਂ ਜਲੰਧਰ ਹਲਕੇ ਨੂੰ ਲੈ ਕੇ। ਤਾਂ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਭਾਵੇਂ ਬਹੁਤ ਵੱਡੀ ਆ ਪਰ ਵਰਕਰ ਪੂਰਾ ਸਾਥ ਦੇਣਗੇ, ਅਸੀਂ ਡਟ ਕੇ ਚੋਣ ਲੜਾਂਗੇ ਤਾਂ ਜਿੱਤ ਵੀ ਹੋਏਗੀ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ TV, ਜਲੰਧਰ।